ਪੰਨੇ ਨਹੀਂ ਬਣਾਏ ਪ੍ਰਭੂ ਤੈਨੂੰ ਮੰਨਣ ਵਾਸਤੇ ਤੁਰਨ ਦੀ ਜ਼ਰੂਰਤ ਨਹੀਂ ਮੈਨੂੰ ਏਦਾਂ ਯਾਦ ਰੱਖੋ ਪਰਮੇਸ਼ਵਰ ਦੇ ਨਾਲ ਆਗਿਆਕਾਰੀ ਕਰਨ ਵਾਸਤੇ ਨਾ ਆਗਿਆਕਾਰੀ ਕਰਨ ਵਾਸਤੇ ਪੈਂਟ ਕੋਟ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਹੈ ਨਾ ਆਗਿਆਕਾਰੀ ਕਰਨ ਵਾਸਤੇ ਵਧੀਆ ਖਾਣੇ ਦੀ ਜ਼ਰੂਰਤ ਨਹੀਂ ਹੈਗੀ ਆਗਿਆਕਾਰੀ ਵਾਸਤੇ ਇਹ ਨਹੀਂ ਕਿ ਤੁਸੀਂ 100% ਕੋਲ ਸਰੀਰ 'ਚ ਕੋਈ ਬਿਮਾਰੀ ਨਾ ਹੋਵੇ ਅਯੁਗਤ ਦੇ ਪੈਰਾਂ ਦੇ ਥੱਲੇ ਵੀ ਜਿਹੜੇ ਸੀ ਉਹ ਫੋੜੇ ਹੋ ਗਏ ਸੀ ਉਹ ਸਿਰ ਦੇ ਉੱਪਰ ਵੀ ਫਿਰ ਵੀ ਆਗਿਆਕਾਰੀ ਰਿਹਾ ਆਗਿਆਕਾਰੀ ਬਣਨ ਵਾਸਤੇ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਆਗਿਆਕਾਰੀ ਕਰਨ ਵਾਸਤੇ ਪਰਮੇਸ਼ਵਰ ਦੇ ਨਾਲ ਇਹ ਮਨ ਤੋਂ ਰਿਸ਼ਤਾ ਹੋਣਾ ਚਾਹੀਦਾ ਆ ਇਹ ਮਨ ਚਾਹੀਦਾ ਹੈਗਾ ਆ ਕਿ ਪਰਮੇਸ਼ਵਰ ਕੁਛ ਵੀ ਹੋ ਜਾਏ ਔਰ ਜਿਨ੍ਹਾਂ ਨੂੰ ਭਰੋਸਾ ਆ ਨਾ ਕਿ ਮੈਂ ਸਵਰਗ ਜਾ ਸਕਦਾ ਆ ਉਹ ਨਹੀਂ ਫਿਰ ਡਰਦੇ ਉਹ ਅੜ ਜਾਂਦੇ ਫਿਰ ਵੇਖੀ ਜਾਊ ਜਿਹੜੀ ਹੋਊਗੀ ਹਾਲੇ ਲੋਈ ਆ ਉਹ ਅੜ ਜਾਂਦੇ ਫਿਰ ਪ੍ਰਭੂ ਦੇ ਅੱਗੇ ਪ੍ਰਭੂ ਕੋਈ ਗੱਲ ਨਹੀਂ ਫਿਰ ਜੇ ਅਯੂਬ ਨੂੰ ਡਬਲ ਬਰਕਤ ਦਿੱਤੀ ਤੇ ਮੈਨੂੰ ਕਿਉਂ ਨਾ ਮਿਲੂਗੀ ਜੇ ਲਾਜ਼ਰ ਨੂੰ ਸਵਰਗ ਦੂਤ ਲੈ ਕੇ ਜਾ ਸਕਦੇ ਤੇ ਮੈਨੂੰ ਕਿਉਂ ਨਾ ਖੜਨਗੇ ਔਰ ਆਗਿਆਕਾਰੀ ਬਣ ਕੇ ਵੇਖੋ ਸਵਰਗ ਦੂਤ ਤੁਹਾਨੂੰ ਵੀ ਲੈਣ ਵਾਸਤੇ ਆ ਜਾਣਗੇ ਹਾਲੇਲੂਇਆ ਹਾਲੇਲੂਇਆ ਅਗਵਾਈ ਕਰਨੀ ਆ ਜੇ ਅਗਵਾਈ ਕਰਨੀ ਆ ਤੇ ਮੂਸਾ ਦੇ ਵਾਂਗੂ ਮੂਸਾ ਕਿੱਦਾਂ ਅਗਵਾਈ ਕਰਦਾ ਸੀ ਆਪਣੇ ਲੋਕਾਂ ਦੀ ਯਾਦ ਰੱਖੋ ਮੂਸਾ ਨੇ ਬਹੁਤ ਜ਼ਿਆਦਾ ਚਮਤਕਾਰ ਜਿਹੜੇ ਆ ਉਹ ਦਿਖਾਏ ਹੈਗੇ ਆ ਇਸਰਾਇਲ ਦੇ ਵਿੱਚ ਜਦੋਂ ਇਸਰਾਇਲੀ ਲੋਕਾਂ ਨੂੰ ਕੱਢਣ ਵਾਸਤੇ ਗਿਆ ਮਿਸਰ ਦੇ ਵਿੱਚ 10 ਵਿਪੱਤੀਆਂ ਇਦਾਂ ਦੀਆਂ ਸੀ ਅੱਜ ਸ਼ਾਇਦ ਦੁਨੀਆਂ ਦੇ ਵਿੱਚ ਕੋਈ ਵੀ ਸੇਵਕ ਉਹ ਕੰਮ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਜਿੱਦਾਂ ਦੀਆਂ 10 ਵਿਪੱਤੀਆਂ ਜਿਹੜੀਆਂ ਸੀ ਮੂਸਾ ਨੇ ਪਰਮੇਸ਼ਵਰ ਨੇ ਮੂਸਾ ਦੇ ਜ਼ਰੀਏ ਉਸ ਜਗ੍ਹਾ ਤੇ ਦਿਖਾਈਆਂ ਆ ਉਹ ਕੋਈ ਵੀ ਨਹੀਂ ਕਰ ਸਕਦਾ ਕਰ ਸਕਦਾ ਕੋਈ ਕਰ ਸਕਦਾ ਸਾਰੇ ਦੇਸ਼ ਦੇ ਪਾਣੀ ਨੂੰ ਲਾਲ ਅੱਜ ਕੋਈ ਕਵੇ ਮੈਂ ਬੜਾ ਵੱਡਾ ਪ੍ਰੋਫਿਟ ਆ ਮੈਂ ਅੱਜ ਸਾਰੇ ਦੇਸ਼ ਦਾ ਪਾਣੀ ਲਾਲ ਕਰੂੰਗਾ ਅੱਜ ਮੈਂ ਪੂਰੇ ਦੇਸ਼ 'ਚ ਡੱਡੂ ਹੀ ਡੱਡੂ ਲਿਆ ਦੂੰਗਾ ਕਰ ਸਕਦਾ ਕੋਈ ਹਾਲੇਲੂਇਆ ਬੜੇ ਧਿਆਨ ਨਾਲ ਸੁਣਦਾ ਚੀਜ਼ ਅਗਵਾਈ ਕਰਨ ਦਾ ਮਤਲਬ ਲੋਕਾਂ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਇੱਕ ਸਹੀ ਦਿਸ਼ਾ 'ਚ ਲੈ ਕੇ ਜਾਣਾ ਜਿਹੜਾ ਚਰਵਾਹਾ ਹੁੰਦਾ ਆ ਚਰਵਾਹੇ ਨੇ ਆਪਣੀਆਂ ਭੇਡਾਂ ਨੂੰ ਏਦਾਂ ਸਿਖਾਇਆ ਹੁੰਦਾ ਆ ਕਿ ਉਹ ਸਿਰਫ ਆਵਾਜ਼ ਦਿੰਦਾ ਆ ਸਿਰਫ ਆਵਾਜ਼ ਰਾਤ ਹਨੇਰੇ ਵਿੱਚ ਵੀ ਜਦੋਂ ਭੇਡਾਂ ਕਿਤੇ ਗਵਾਚ ਜਾਂਦਾ ਜੰਗਲ ਦੇ ਵਿੱਚ ਉਹ ਸਿਰਫ ਇੱਕ ਉਹਨਾਂ ਕੋਲ ਆਵਾਜ਼ ਹੁੰਦੀ ਜਾਂ ਸੀਟੀ ਮਾਰਦੇ ਕੁਛ ਵੀ ਉਹਦੀ ਆਵਾਜ਼ ਨੂੰ ਸੁਣ ਕੇ ਉੱਥੇ ਪਹੁੰਚ ਜਾਂਦੀਆਂ ਅਗਵਾਈ ਕਰਨ ਵਾਲਾ ਬੰਦਾ ਜਿਹੜਾ ਏਦਾਂ ਦਾ ਹੁੰਦਾ ਹੈਗਾ ਔਰ ਮੂਸਾ ਨੇ ਅਗਵਾਈ ਕੀਤੀ ਹੈਗੀ ਯਾਦ ਰੱਖੋ ਆਪਣੇ ਲੋਕਾਂ ਦੀ ਜਿਹੜੇ ਲੋਕ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਚਮਤਕਾਰ ਵੇਖੇ ਹੈਗੇ ਉਹ ਫਿਰ ਵੀ ਸ਼ਾਇਦ ਬਦਲ ਨਹੀਂ ਸਕੇ ਉਹ ਬਦਲ ਨਹੀਂ ਸਕੇ ਪਰ ਮੂਸਾ ਆਪਣੀ ਅਗਵਾਈ ਕਿੱਦਾਂ ਕਰਦਾ ਹੈ ਕੁਝ ਦੀ ਕਿਤਾਬ ਉਹਦਾ 14 ਅਧਿਆਏ ਉਹਦੇ 13 ਵਚਨ ਨੂੰ ਪੜਾਂਗੇ ਮੂਸਾ ਨੇ ਲੋਕੋਂ ਸੇ ਕਹਾ ਡਰੋ ਮਤ ਸਭ ਤੋਂ ਪਹਿਲਾ ਸ਼ਬਦ ਕਿਹੜਾ ਗਿਆ ਉਹਨੇ ਆਪਣੇ ਨਾਲ ਦੇ ਲੋਕੋਂ ਡਰੋ ਮਤ ਖੜੇ ਰਹੋ ਵੋ ਉਧਾਰ ਕਾ ਕਾਮ ਦੇਖੋ ਜੋ ਯਹੋਵਾ ਆਜ ਤੁਮਾਰੇ ਲਈ ਕਰੇਗਾ ਕਿਉਂਕਿ ਜਿਨ ਮਿਸ਼ਰੀਓਂ ਕੋ ਤੁਮ ਆਜ ਦੇਖਤੇ ਹੋ ਫਿਰ ਕਭੀ ਨਾ ਦੇਖੋਗੇ ਕਿਉਂਕਿ ਯਹੋਵਾ ਆਪ ਹੀ ਤੁਹਾਰੀ ਲੜੇਗਾ ਔਰ ਤੁਮ ਚੁੱਪ ਚਾਪ ਰਹੋ ਇਹ ਅਗਵਾਈ ਕਰ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਕਹਿੰਦਾ ਡਰੋ ਨਾ ਚਿੰਤਾ ਨਾ ਕਰੋ ਵੀ ਡਰਨ ਦੀ ਜ਼ਰੂਰਤ ਨਹੀਂ ਆ ਬਸ ਖੜੇ ਰਹੋ ਅਗਵਾਈ ਕੀ ਆ ਡਰਨਾ ਨਹੀਂ ਆ ਖੜੇ ਰਹਿਣਾ ਹੈਗਾ ਆ ਔਰ ਜਿਹੜਾ ਖੜਾ ਰਹਿੰਦਾ ਹੈਗਾ ਨਾ ਪਰਮੇਸ਼ਵਰ ਦੇ ਨਾਲ ਜਿੱਤ ਵੀ ਉਹੀ ਪ੍ਰਾਪਤ ਕਰਦਾ ਜਿਹੜੇ ਖੜ ਜਾਂਦੇ ਆ ਨਾ ਫਿਰ ਉਹ ਫਿਰ ਡਰਦੇ ਨਹੀਂ ਨਾ ਉਹਨੂੰ ਡਰ ਲੱਗਦਾ ਨਾ ਮੌਤ ਤੋਂ ਨਾ ਕਿਸੇ ਚੀਜ਼ ਤੋਂ ਔਰ ਪਾਰ ਵੀ ਉਹੀ ਲੰਘ ਜਾਂਦੇ ਹੈਗੇ ਪਹਿਲਾਂ ਤੇ ਉਹ ਵੀ ਘਬਰਾ ਗਏ ਸਾਰੇ ਜਣੇ ਇੰਨੇ ਵੱਡੇ ਵੱਡੇ ਚਮਤਕਾਰ ਵੇਖੇ ਯਾਦ ਰੱਖੋ ਉਹਨਾਂ ਨੇ ਬਹੁਤ ਵੱਡੇ ਵੱਡੇ ਮੈਂ ਤੁਹਾਨੂੰ ਫਿਰ ਕਹਿੰਦਾ ਕਿ ਦੁਨੀਆਂ ਚ ਓਡਾ ਚਮਤਕਾਰ ਕੋਈ ਵੀ ਨਹੀਂ ਕਰ ਸਕਦਾ
यूट्यूब से सर्च करो, नैट से सर्च करो कि इदा का चमत्कार दुनिया च कोई कर सकया। वह कहणगे नहीं जी, ये सिवाए परमेश्वर तो कोई नहीं कर सकता। और ये परमेश्वर ने जिहड़े चमत्कार मूसा दे राहीं सिर्फ दिखाए, और परमेश्वर ने सोचा कहना का मन बदल जूगा वेख वेख के कि प्रभु ने किड्डे वड्डे वड्डे काम किए हैगे आ, ये शायद बदल जाण मेरे वल नूं चल पैण। पर वो बदले ही नहीं। उन्होंने जदों गारी वेख्या, प्रभु नूं पता सी इन्हां दा मन नहीं बदलिया, प्रभु ने उन्होंने आप दूजे रस्ते नूं लैके गया। और जदों जाके उत्थे वेख्या उन्होंने अगे समुंदर ही समुंदर आ, वह फिर घबरा गया और मूसा दे उपर कुड़कुड़ाउण लग पिया, तू सानू मारन लिया, जे कल लिया उसे मिश्र के सू घट से अं उ गंढे खाने से, खीरे खाने से, अपने वेखा ना गंढे किन्ने महंगे होने के कहते हो कि मैं गंढे खाना रोज। हाले लोहिया अज अपना हाल भी उन्हें रखा हो। हाले लोहिया वह बड़िया गप्पा मारन डी उ जे करते ही वो करते ही सानू उ छो ना तू हूं उन्हें वेख्या पिछे मिश्री लोग जे आ गए मारने वास्ते सानू वो घबरा गए। फिर मूसा ने कहा ना डरो, डरो ना, जेड़ी कलीसिया डर जांदी आ ना वो कदी पार नहीं जा सकती। जेड़ी कलीसिया डर जांदी आ ना वो कदी परमेश्वर दे दर्शन नहीं कर सकती। असि एक सामर्थी कलीसिया बनना, जिहदे सामर्थी एक पावरफुल कलीसिया। हालेलुया। जदों कदे वेखो जदों कई बार कुछ चीजा स्पैशल होंदियां तो वह थोड़िया मिल दियां, किन्हां नूं मिल दियां, और जे ज्यादा भीड़ हो जाए तो उत्थे अगले कढ़दे ही नहीं बाहर। हाले लोहिया स्पैशल चीजा किन्हां नूं मिल दियां, तुसीं सब समझदार हो किन्हां नूं मिल दियां। इस करके जल डरो ना, तकड़े हो जाओ, खड़े रहो, क्योंकि जितने वाले तुही है। हाले लोहिया जितने वाले परमेश्वर का वादा है, वादा परमेश्वर का, जितने वाले है। डरो ना, खड़े खड़े परमेश्वर का लेखा उधार का काम, ओदी मुक्ति का काम वेखो। मुक्त ओही होने जेडे खड़े रहिंदे है, जेडे घबराउंदे नहीं किसी चीज के उपरों। और मूसा की गवाही इदां दी सी कि मूसा भी नहीं डरिया है। समुंदर वेख के अजकल था ना, जे एक छप्पड़ आ जाए गाड़ी डर जाते हो, किधर दी जाना आपां, इहदे गाड़ी छप्पड़ आ गया, गाड़ी नहर आ गई, किधर दी जावांगे। बस खड़े रहो, परमेश्वर तुहाडे वास्ते मार्ग खोलेगा। मैनू काफी समा गया, मैं जो स्टडी करने गया सी उस टाइम ते एक उत्थे बहुत वड्डी गवाही जिहड़ी आ दसी गई। MP दे किसी एक जगह की गल हैगी मध्य प्रदेश की। मध्य प्रदेश के बहुत ज्यादा विरोध आ मसीहत का, लोग मसीह लोगों बहुत ज्यादा विरोध करते, कई बार उन्होंने मार इदा जो बैठे आना मार भी खानी पैंती, मार खा के भी आते हैं। मैं कहना उही जे स्वर्ग जाने वाले है, जिन्होंने कभी बदनामी नहीं ना मिलती वो स्वर्ग नहीं जाते। जे तुम चर्च आ गए तो ताकि बदनामी होनी जरूरी जे, तू लोग जो गल करने चाहिए जे, फिर पता लगता शुक्र आज मैं यीशु मसीह आया। वो अज तो पहले तो कहने पूछा ही नहीं भी तू कहे जाना, इन्हें पता तो लगा कि मैं कौन आ, मेरी पहचान तो बनी। यीशु मसीह को जानने तो पहला सानू के पूछता सी, करता सी गल्लां, अज करते क्योंकि असं अलग किए हुए लोग है। और परमेश्वर अपने अलग कित्या की हमेशा मदद करता है। उत्थे एक परमेश्वर का दास सी, और वह प्रार्थना करने वास्ते एक पिंड में गया, और उस पिंड च बड़ा विरोध सी, और एक परिवार बड़ी मुश्किल नाल उस जगह के उपर परमेश्वर उन्हें ग्रहण किया। और उन्होंने अपने घर मीटिंग रखी, उन्हें अपने घर मीटिंग रख ली, और पास्टर जिहड़ा आ वह अपने दो चार चेले चपाटे लैके चल गया प्रार्थना करन, और वह जाके उत्थे प्रार्थना करनी शुरू कर दिती उन्होंने। और किसी ने बाहरों आन के दसिया, कहिंदे जी तुसीं भज जाओ क्योंकि सारे पिंड वाले तुहाडे विरुद्ध इकट्ठे हो गए और तुहानूं मारन वास्ते आ रहे हैं, तुहानूं की आ मारन वास्ते आ रहे हैं। प्रभु ने अपने दास नूं कहा कि तू निकल जा इत्थों, अज मैं तैनूं उधार तक काम दिखाऊंगा, मैं एक काम करूंगा। और उन्हां नूं पता सी कि पास्टर कौन हैगा, उन्हां वेख्या पास्टर किधर नूं जाण डिया।
ਉਹ ਜਿੱਧਰ ਜਿੱਧਰ ਨੂੰ ਉਹ ਦਾਸ ਭਜਦਾ ਗਿਆ ਉਹਦੇ ਪਿੱਛੇ ਬਹੁਤ ਵੱਡੀ ਵੱਡੀ ਭੀੜ ਵੀ ਭੱਜੀ ਗਈ। ਜਦੋਂ ਜਾ ਕੇ ਉਹ ਅੱਗੇ ਪਹੁੰਚਿਆ ਕਿ ਸੱਚਮੁੱਚ ਇੱਕ ਨਦੀ ਜਿਹੜੀ ਕੋਈ ਨਹਿਰ ਆ ਗਈ ਔਰ ਉਹ ਘਬਰਾ ਗਿਆ ਕਰੀ ਖਲੋ ਕੇ। ਪ੍ਰਭੂ ਹੁਣ ਪਿੱਛੇ ਭੀੜ ਦੀ ਭੀੜ ਸੇਮ ਉਹੀ ਜਿਹੜਾ ਨਜ਼ਾਰਾ ਸੇਮ ਸਾਹਮਣੇ ਆ ਗਿਆ। ਪ੍ਰਭੂ ਤੂੰ ਕਿੱਦਾਂ ਆਪਣੇ ਲੋਕਾਂ ਨੂੰ ਪਾਰ ਕੀਤਾ ਸੀ ਔਰ ਇਹਦਾ ਹੱਥ ਜੋੜਿਓ ਔਰ ਪ੍ਰਾਰਥਨਾ ਕਰਨ ਡੈ ਪਿਆ, ਪ੍ਰਭੂ ਅੱਜ ਬਚਾ ਲਾ ਮੈਨੂੰ, ਅੱਜ ਬਚਾ ਲਾ ਮੈਨੂੰ। ਹਾਲੇਲੂਇਆ। ਜਦੋਂ ਅੱਖਾਂ ਖੋਲੀਆਂ ਤੂੰ ਨਦੀ ਦੇ ਦੂਜੇ ਪਾਸੇ ਖੜਾ ਸੀ। ਹਾਲੇਲੂਇਆ, ਹਾਲੇਲੂਇਆ। ਉਹ ਨਦੀ ਦੇ ਦੂਜੇ ਪਾਸੇ ਖੜਾ ਸੀ ਔਰ ਉਹ ਸਭ ਲੋਕ ਇੱਕ ਪਾਸੇ ਖੜੇ ਆ ਔਰ ਉਧਰੋਂ ਗੋਡੇ ਲਾ ਕੇ ਤਾਹਾਂ ਮਾਰ ਮਾਰ ਕੇ ਰੋਣ ਡਿਆ ਕਿ ਮੇਰਾ ਪਰਮੇਸ਼ਵਰ ਜ਼ਿੰਦਾ ਆ, ਇਹ ਆਗਿਆਕਾਰੀ ਆ। ਕਰਕੇ ਵੇਖੋ ਪਰਮੇਸ਼ਵਰ ਕਦੀ ਵੀ ਸ਼ਰਮਿੰਦਾ ਨਹੀਂ ਹੋਣ ਦਿੰਦਾ। ਇਹ ਆ ਅਗਵਾਈ। ਪਰਮੇਸ਼ਵਰ ਆਪਣੇ ਲੋਕ ਜਿਹੜੇ ਖੜੇ ਰਹਿੰਦੇ ਉਹਦੇ ਚ ਕਦੀ ਨੀਵਿਆਂ ਨਹੀਂ ਹੋਣ ਦਿੰਦਾ, ਫਿਰ ਕਦੀ ਚੁਕੰਨੀ ਦਊਗਾ। ਜਦੋਂ ਮੁਸੀਬਤ ਚ ਪੈ ਜਾਓਗੇ ਉਹ ਕਹਿੰਦਾ ਫਿਰ ਤੁਸੀਂ ਨਾ ਸੋਚੋ, ਬਸ ਮੈਨੂੰ ਮੌਕਾ ਦਿਓ ਫਿਰ। ਤਾਂ ਪ੍ਰਭੂ ਨੇ ਕਿਹਾ ਬਦਲਾ ਲੈਣਾ ਤੁਹਾਡਾ ਕੰਮ ਨਹੀਂ ਆ, ਪਰਮੇਸ਼ਵਰ ਦੇ ਕ੍ਰੋਧ ਨੂੰ ਮੌਕਾ ਦਿਓ, ਉਹਦੇ ਗੁੱਸੇ ਨੂੰ ਮੌਕਾ ਦਿਓ, ਉਹਦੇ ਹੱਥਾਂ ਚ ਪੈਣਾ ਭਿਆਨਕ ਗੱਲ ਹੈਗੀ ਆ। ਹਾਲੇਲੂਇਆ। ਔਰ ਉਹ ਸਭ ਸ਼ਰਮਿੰਦੇ ਹੋ ਕੇ ਦੂਜੇ ਪਾਸੇ ਖੜੇ ਸੀ, ਕਿੱਦਾਂ ਜਾਈਏ ਪਾਰ। ਔਰ ਮੇਰਾ ਪਰਮੇਸ਼ਵਰ ਤੇ ਇੱਦਾਂ ਦਾ ਹੈਗਾ ਜਿਹੜਾ ਸਮੁੰਦਰਾਂ ਨੂੰ ਵੀ ਸਿਖਾ ਦਿੰਦਾ ਹੈਗਾ। ਹਾਲੇਲੂਇਆ। ਜੇ ਰੋਣਾ ਹੈਗਾ ਆ ਤੇ ਜਰਮੀਆਂ ਦੇ ਵਾਂਗੂ ਯਾਦ ਰੱਖੋ, ਅਸੀਂ ਪੰਜ ਗੱਲਾਂ ਨੂੰ ਸਿੱਖ ਚੁੱਕੇ, ਛੇਵੀਂ ਗੱਲ ਆ ਰੋਣਾ ਜਰਮੀਆਂ ਦੇ ਵਾਂਗੂ। ਜਰਮੀਆਂ 9 ਦੇ ਆਏ ਜੇ 1 ਵਚਨ ਨੂੰ ਤੁਸੀਂ ਜਦੋਂ ਪੜ੍ਹ ਕੇ ਵੇਖੋਗੇ ਤੇ ਤੁਹਾਨੂੰ ਪਤਾ ਚੱਲੂਗਾ ਜਰਮੀਆਂ ਬਾਰ ਬਾਰ ਇਸ ਗੱਲ ਨੂੰ, ਔਰ ਜਰਮੀਆਂ ਨੂੰ ਰੋਣ ਵਾਲਾ ਨਬੀ ਵੀ ਕਿਹਾ ਜਾਂਦਾ ਹੈ। ਤੁਸੀਂ ਲਿਖ ਕੇ ਰੱਖ ਸਕਦੇ ਜਰਮੀਆਂ ਨੂੰ ਰੋਣ ਵਾਲਾ ਨਬੀ ਕਹਿੰਦੇ। ਰੋਣ ਵਾਲਾ ਹਮੇਸ਼ਾ ਜਦੋਂ ਪ੍ਰੇਅਰ ਕਰਦਾ ਸੀ ਉਹ ਰੋਂਦਾ ਹੁੰਦਾ ਸੀ। ਬਹੁਤ ਸਾਰੇ ਲੋਕ ਅੱਜ ਵੀ ਜਦੋਂ ਪ੍ਰੇਅਰ ਕਰਦੇ ਤੁਹਾਨੂੰ ਅੱਖਾਂ ਚੋਂ ਆਪਣੇ ਆਪ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈਗਾ। ਯਾਦ ਰੱਖੋ ਉਸ ਟਾਈਮ ਤੇ ਪਰਮੇਸ਼ਰ ਤੁਹਾਨੂੰ ਸੈਨ ਜਰਮੀਆਂ ਦੇ ਵਰਗੀ ਪਾਵਰ ਦੇਣਾ ਚਾਹੁੰਦਾ ਹੈਗਾ। ਸ਼ਾਇਦ ਪਰਮੇਸ਼ਰ ਤੁਹਾਨੂੰ ਜਰਮੀਆਂ ਦਾ ਮਸਾ ਦੇਣਾ ਚਾਹੁੰਦਾ ਹੈਗਾ। ਮੈਨੂੰ ਅਜੇ ਯਾਦ ਹੈ ਜਦੋਂ ਅਸੀਂ ਪ੍ਰਭੂ ਯਸ਼ੂ ਜੀ ਨੂੰ ਗ੍ਰਹਿਣ ਕੀਤਾ ਸੀ, ਥੋੜੇ ਸਮੇਂ ਦੇ ਵਿੱਚ ਹੀ ਮੇਰੀ ਘਰ ਵਾਲੀ ਨੂੰ ਪਰਮੇਸ਼ਵਰ ਨੇ ਪਵਿੱਤਰ ਆਤਮਾ ਦਾ ਵਰਦਾਨ ਦਿੱਤਾ ਔਰ ਉਹਨੇ ਜਦੋਂ ਪ੍ਰਾਰਥਨਾ ਕਰਨੀ ਉਹ ਰੋ ਰੋ ਕੇ ਪ੍ਰਾਰਥਨਾ ਕਰ ਦਿੰਦੀ ਸੀ। ਔਰ ਜਦੋਂ ਪਹਿਲੀ ਵਾਰੀ ਦੀ ਗੱਲ ਹੈਗੀ, ਅਸੀਂ ਮੈਂ ਲੰਮੇ ਪਿਆ ਸੀ, ਮੈਂ ਬਹੁਤ ਘੱਟ ਪ੍ਰੇਅਰ ਕਰਦਾ ਹੁੰਦਾ ਸੀ ਔਰ ਮੇਰੀ ਘਰ ਵਾਲੀ ਲਾ ਕੇ ਬਹਿ ਕੇ ਪ੍ਰਾਰਥਨਾ ਕਰਨ ਡਈ ਔਰ ਇਹ ਰੋ ਰੋ ਕੇ ਪ੍ਰਾਰਥਨਾ ਕਰਨੀ। ਮੈਂ ਫਟਾਫਟ ਪਾਸਟਰ ਨੂੰ ਫੋਨ ਲਾ ਦਿੱਤਾ, ਮੈਂ ਕਿਹਾ ਛੇਤੀ ਘਰ ਉਹ ਪਤਾ ਨਹੀਂ ਕਹਿੰਦੇ ਰੋਈ ਜਾਣ ਡੀ ਹੈਗੀ ਆ। ਉਹ ਕਹਿੰਦੇ ਕੋਈ ਗੱਲ ਨੀ ਭਰਾਵਾ, ਕਹਿੰਦੇ ਕੀ ਕਹਿੰਦੇ। ਮੈਂ ਕਿਹਾ ਉਹ ਪ੍ਰੇਅਰ ਕਰਨ ਡਈ ਸੀ। ਉਹ ਕਹਿੰਦੇ ਕੁਛ ਨੀ ਹੁੰਦਾ ਭਰਾਵਾ, ਰੋ ਲੈਂਦੇ ਤੂੰ ਚਿੰਤਾ ਨਾ ਕਰ, ਮੈਨੂੰ ਹਲਾ ਜਾ। ਮੈਂ ਕਿਹਾ ਤੈਨੂੰ ਕੀ ਹੋ ਗਿਆ। ਹਾਲੇਲੂਇਆ। ਇਹ ਸੱਚਾਈ ਆ। ਪਰਮੇਸ਼ਵਰ ਹਰ ਇੱਕ ਨੂੰ ਇੱਕ ਗਿਫਟ ਦਿੰਦਾ ਹੈਗਾ ਆ। ਕਈਆਂ ਲੋਕਾਂ ਦੇ ਕੋਲੇ ਆਤਮਾ ਆ ਜਰਮੀਆਂ ਦਾ ਇੱਕ ਗਿਫਟ ਹੈਗਾ ਆ ਕਿ ਉਹ ਰੋ ਕੇ ਪ੍ਰੇਅਰ ਕਰਨਗੇ। ਔਰ ਯਾਦ ਰੱਖੋ ਤੁਹਾਡੀ ਪ੍ਰੇਅਰ ਕਦੀ ਖਾਲੀ ਨਹੀਂ ਜਾਊਗੀ, ਉਹ ਬੜੀ ਪਾਵਰਫੁੱਲ ਹੈਗੀ ਜੇ। ਔਰ ਜੇ ਤੁਹਾਨੂੰ ਕੋਈ ਮਜ਼ਾਕ ਕਰਦਾ ਹੈਗਾ ਆ ਤੁਹਾਨੂੰ ਮੇਰੇ ਵਾਂਗੂ ਫਿਰ ਇੱਥੇ ਖਲੋ ਕੇ ਪ੍ਰਚਾਰ ਕਰਨਾ ਪੈਣਾ ਆ। ਹਾਲੇਲੂਇਆ। ਕਿਉਂਕਿ ਮੈਂ ਸੋਚਦਾ ਨਾ ਸੀ, ਮੈਂ ਉਹਨੂੰ ਕਹਿਣਾ ਤੂੰ ਕੀ ਪਖੰਡ ਕਰਦੀ ਰਹੀ ਆ, ਤੂੰ ਓਦਾਂ ਨੀ ਪ੍ਰਾਰਥਨਾ ਕਰ ਸਕਦੀ, ਜ਼ਰੂਰੀ ਰੋ ਕੇ ਹੀ ਕਰਨੀ ਤੂੰ। ਇਹ ਸੱਚਾਈ ਇੱਕ ਮੇਰੇ ਜੀਵਨ ਦੀ। ਪਰ ਪਰਮੇਸ਼ਵਰ ਨੇ ਇੱਕ ਦਿਨ ਮੈਨੂੰ ਸਿਖਾਇਆ ਕਿ ਵਚਨ ਪੜ੍ਹ ਕੇ ਵੇਖ, ਇੱਥੇ ਦੇ ਵੱਡੇ ਵੱਡੇ ਨਬੀ ਵੀ ਜਿਹੜੇ ਉਹ ਰੋ ਰੋ ਪ੍ਰਾਰਥਨਾ ਕਰਦੇ ਹੁੰਦੇ ਸੀ। ਭਲਾ ਹੋਤਾ ਕਿ ਮੇਰਾ ਸਿਰ ਜਲ ਹੀ ਜਲ ਔਰ ਮੇਰੀ ਆਂਖੇ ਆਂਸੂਓਂ ਕਾ ਸੋਤਾ ਹੋਤੀ, ਕਿ ਮੈਂ ਰਾਤ ਦਿਨ ਆਪਣੇ ਮਾਰੇ ਹੋਏ ਲੋਕੋਂ ਕੇ ਲੀਏ ਰੋਤਾ ਰਹਿਤਾ। ਇਹ ਆ ਜਰਮੀਆਂ ਦੀ ਇੱਕ ਪ੍ਰਾਰਥਨਾ। ਇੱਕ ਜਰਮੀਆਂ ਇੱਕ ਏਦਾਂ ਦਾ ਇਨਸਾਨ ਹੈਗਾ ਆ ਜਿਹੜਾ ਆਪਣੇ ਲੋਕਾਂ ਲਈ ਰੋ ਰੋ ਕੇ ਪ੍ਰਾਰਥਨਾ ਕਰਦਾ, ਰੋ ਰੋ ਕੇ ਪ੍ਰਾਰਥਨਾ ਕਰਦਾ ਹੈਗਾ ਆ। ਉਹ ਆਪਣੇ ਜਿੰਨੇ ਵੀ ਦੇਸ਼ ਦੇ ਵਾਸੀ ਆ ਇਜ਼ਰਾਇਲ ਦੀ ਪ੍ਰਜਾ ਵਾਸਤੇ ਉਹ ਰੋਂਦਾ, ਕਿਉਂਕਿ ਲੋਕ ਭਟਕ ਚੁੱਕੇ ਹੈਗੇ ਆ, ਲੋਕ ਮੂਰਤੀ ਪੂਜਾ ਕਰਨ ਦੇ ਭਿੱਜ ਤਾਂ ਅੱਜ ਕੱਲ੍ਹ ਦੇ ਕਈ ਉਹ ਦੋਵੇਂ ਪਾਸੇ ਚੱਲਣਗੇ, ਉਹ ਮੱਥੇ ਵੀ ਟੇਕੀ ਜਾਣਗੇ ਚਰਚ ਵੀ ਆਈ ਜਾਣਗੇ। ਫਿਰ ਦੱਸੋ ਕੀ ਲੈਣਾ ਸੀ ਪ੍ਰਭੂ ਦੇ ਕੋਲ, ਉਹ ਲੰਗਰ ਵੀ ਖਾਈ ਜਾਣਗੇ ਹਰ ਜਗ੍ਹਾ ਜਾ ਕੇ ਔਰ ਚਰਚ ਵੀ ਆਈ ਜਾਣਗੇ। ਹਾਲੇਲੂਇਆ। ਇੱਕ ਦੇ ਬਣ ਜਾਓ, ਆਪਣੇ ਨਾਲ ਦੱਸੋ ਇੱਕ ਦੇ ਬਣ ਜਾਓ। ਪਤੀ ਪਤੀ ਕਿੰਨਿਆਂ ਦਾ, ਇੱਕ ਦਾ ਹੋਣਾ ਚਾਹੀਦਾ ਕਿ ਜਾਤੀਆਂ ਦਾ, ਤੇ ਪਤਨੀ? ਆਪਾਂ ਪਰਮੇਸ਼ਵਰ ਦੇ ਤੇ ਇੱਕ ਦੇ ਬਣ ਕੇ ਰਹਿਣਾ ਹੈ।
ਪਤੀ ਵੀ ਇੱਕ ਦਾ ਹੀ ਹੋਣਾ ਚਾਹੀਦਾ ਔਰ ਪਤਨੀ ਵੀ ਇੱਕ ਦੀ ਹੋਣੀ ਚਾਹੀਦੀ ਆ। ਔਰ ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਤੁਸੀਂ ਪਰਮੇਸ਼ਵਰ ਦੀ ਦੁਲਹਨ ਆ ਤੇ ਦੁਲਹਨ ਦਾ ਦੁਲਹਾ ਇੱਕ ਹੀ ਹੋਣਾ ਚਾਹੀਦਾ। ਹਾਲੇਲੂਇਆ ਹਾਲੇਲੂਇਆ। ਯਾਦ ਰੱਖੋ ਇਸ ਤਰ੍ਹਾਂ ਦਾ ਰੋਣ ਵਾਲਾ ਜਿਹੜਾ ਇੱਕ ਦਾਸ ਹੈਗਾ ਆ ਉਹਦੀ ਵੀ ਕਦਰ ਕਰਕੇ ਵੇਖੋ। ਹਾਲੇਲੂਇਆ। ਕਦੀ ਕਦੀ ਸਾਨੂੰ ਲੱਗਦਾ ਕਿ ਸ਼ਾਇਦ ਮਜ਼ਾਕ ਹੀ ਆ, ਆ ਕਿਉਂ ਰੋਣ ਲੈ ਪੈਂਦੇ ਹੈਗੇ ਆ। ਅੱਜ ਤੁਹਾਨੂੰ ਮੈਂ ਆਪਣੇ ਜੀਵਨ ਦੀ ਗੱਲ ਦੱਸਦਾ। ਮੈਂ ਆਪਣੀ ਜ਼ਿੰਦਗੀ ਚ ਬਹੁਤ ਘੱਟ ਰੋਇਆ, ਬਹੁਤ ਘੱਟ। ਇੱਥੋਂ ਤੱਕ ਕਿ ਜਦੋਂ ਮੇਰੀ ਦਾਦੀ ਡੈਥ ਹੋਈ ਮੈਂ ਤਾਂ ਵੀ ਨਹੀਂ ਰੋਇਆ। ਮੇਰੇ ਡੈਡੀ ਡੈਥ ਹੋਈ ਆ ਮੈਂ ਬਹੁਤ ਘੱਟ ਰੋਇਆ ਸੀ। ਮੇਰੀ ਮੰਮੀ ਨੂੰ ਤੁਸੀਂ ਪੁੱਛ ਸਕਦੇ ਆ। ਪਰ ਜਦੋਂ ਮੈਂ ਪ੍ਰਭੂ ਯਸ਼ੂ ਜੀ ਨੂੰ ਗ੍ਰਹਿਣ ਕੀਤਾ, ਆਪਣਾ ਜੀਵਨ ਦਿੱਤਾ, ਔਰ ਜਦੋਂ ਮੇਰੇ ਸਾਹਮਣੇ ਮੇਰੇ ਪਾਪ ਆਏ ਤਾਂ ਮੈਂ ਬਹੁਤ ਜ਼ਿਆਦਾ ਰੋਇਆ। ਸਾਡੇ ਪਾਪ ਰੋਣ ਤੇ ਤੁਹਾਨੂੰ ਮਜਬੂਰ ਕਰ ਸਕਦੇ ਆ। ਔਰ ਜਿਹੜਾ ਅੱਜ ਵੀ ਨਹੀਂ ਰੋਂਦਾ ਹੈਗਾ ਇਹਦਾ ਮਤਲਬ ਉਹਨੂੰ ਉਹਦੇ ਪਾਪ ਹਜੇ ਦਿਖਾਈ ਨਹੀਂ ਦੇ ਰਹੇ। ਮੇਰੇ ਪਾਪਾਂ ਨੇ ਮੈਨੂੰ ਬਹੁਤ ਰਵਾਇਆ, ਬਹੁਤ ਜ਼ਿਆਦਾ। ਮੈਂ ਜਦੋਂ ਬਾਈਬਲ ਸਟੱਡੀ ਕਰਨ ਗਿਆ ਸੀ ਮੇਰਾ ਪਹਿਲਾ ਜਿਹੜਾ ਟੌਪਿਕ ਸੀ ਉੱਥੇ ਪਾਪ ਔਰ ਪਛਾਤਾਪ। ਔਰ ਜਦੋਂ ਮੈਂ ਉਸ ਜਗ੍ਹਾ ਤੇ ਮੈਨੂੰ ਦੱਸਿਆ ਗਿਆ ਔਰ ਮੈਂ ਪੰਜ ਦਿਨ ਦਾ ਟੌਪਿਕ ਸੀ। ਪੰਜ ਦਿਨ ਦੇ ਵਿੱਚ ਮੈਂ ਇੰਨਾ ਕੁ ਜ਼ਿਆਦਾ ਟੁੱਟ ਗਿਆ ਸੀ ਕਿ ਸ਼ਾਇਦ ਲੱਗਦਾ ਦੁਨੀਆਂ ਚ ਮੇਰੇ ਵਰਗਾ ਕੋਈ ਆਇਆ ਨਹੀਂ। ਮੈਂ ਪੰਜ ਦਿਨ ਤੱਕ ਹਰ ਦਿਨ ਰਾਤ ਨੂੰ ਰੋ ਪੈਂਦਾ ਸੀ, ਪ੍ਰਭੂ ਮੈਂ ਇਸ ਤਰ੍ਹਾਂ ਦਾ ਸੀ, ਮੈਂ ਇਸ ਤਰ੍ਹਾਂ ਦਾ ਸੀ। ਹਰ ਸਮੇਂ ਜਦੋਂ ਉੱਥੇ ਕਦੀ ਕਦੀ ਮੈਂ ਕਲਾਸ ਚ ਬੈਠਿਆ ਵੀ ਰੋ ਪੈਂਦਾ ਹੁੰਦਾ ਸੀ, ਕਲਾਸ ਚ ਬੈਠਿਆ ਰੋਣ ਨਿਕਲ ਜਾਣਾ। ਪ੍ਰਭੂ ਸੱਚਮੁੱਚ ਮੈਂ ਇੱਦਾਂ ਦਾ ਸੀ ਕਿ ਜੋ ਦੱਸਦੇ ਮੈਂ ਇੱਦਾਂ ਹੀ ਕੰਮ ਕਰ ਰਿਹਾ ਸੀ। ਔਰ ਉਹਨਾਂ ਨੂੰ ਮੈਂ ਕਦੀ ਨਹੀਂ ਜਾਣਦਾ, ਕਦੀ ਕਿਤੇ ਚਰਚ ਜਾਣਗੇ ਇਹ ਤੇ ਸਾਰਾ ਵਚਨ ਹੀ ਮੇਰੇ ਤੇ ਲਾਤਾ। ਉਹ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ ਜਿਹੜੇ ਦੱਸਣ ਡੇ, ਮੈਂ ਤਾਂ ਵੀ ਰੋਣ ਲਿਆ। ਉਹ ਤੇ ਮੈਨੂੰ ਜਾਣਦੇ ਨਹੀਂ ਸੀ। ਵਚਨ ਕਿਸੇ ਤੇ ਨਹੀਂ ਲੱਗਦਾ, ਪਾਪ ਤੇ ਲੱਗਦਾ। ਆਣ ਕੇ ਕਿੱਥੇ ਲੱਗਦਾ ਆ? ਪਾਪ ਤੇ। ਪਾਪ ਕਰਦੇ ਤੇ ਵਚਨ ਵੀ ਲੱਗਦਾ ਫਿਰ। ਔਰ ਮੈਨੂੰ ਲੱਗਿਆ ਉਸ ਦਿਨ ਔਰ ਮੈਂ ਬਹੁਤ ਜ਼ਿਆਦਾ ਰੋਇਆ ਸੀ। ਔਰ ਜਿਰਮੀਆਂ ਵੀ ਅੱਜ ਇਸ ਜਗ੍ਹਾ ਉੱਪਰ ਦੱਸਦਾ ਕਿ ਉਹ ਰੋਂਦਾ ਆਪਣੇ ਲੋਕਾਂ ਦੇ ਵਾਸਤੇ। ਲੋਕ ਮੂਰਤੀ ਪੂਜਾ ਚ ਪੈ ਗਏ, ਲੋਕ ਅਲੱਗ ਅਲੱਗ ਜਗ੍ਹਾ ਤੇ ਜਾਣ ਲੈ ਪਏ ਔਰ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਜੋ ਲਿਖਿਆ ਬੋਲਦੇ ਉਹ ਕਰਦੇ ਨੇ। ਤੁਸੀਂ ਆ ਸਾਰਾ ਅਧਿਆਇ ਕਿਤੇ ਪੜ੍ਹ ਕੇ ਵੇਖੋਗੇ ਤੁਹਾਨੂੰ ਪਤਾ ਲੱਗੂਗਾ ਕੀ ਹੋ ਰਿਹਾ ਇਸ ਜਗ੍ਹਾ ਤੇ। ਮੈਂ ਸਾਰਾ ਤੁਹਾਡੇ ਲਈ ਪੜ੍ਹ ਨਹੀਂ ਸਕਦਾ। ਤੁਸੀਂ 8 ਅਧਿਆਏ ਔਰ 9 ਅਧਿਆਏ 8 ਅਧਿਆਏ ਦੇ 4 ਵਚਨ ਤੋਂ ਪੜ੍ਹ ਕੇ ਵੇਖਿਓ, ਤੁਹਾਨੂੰ ਸਮਝ ਆਊਗੀ ਕਿ ਕਿੱਦਾਂ ਦੇ ਹੋ ਗਏ ਸੀ ਲੋਕ, ਕਿਉਂ ਰੋਂਦਾ ਸੀ ਜਿਰਮੀਆਂ। ਮੈਂ ਉਹਦਾ 1 ਵਚਨ ਜ਼ਰੂਰ ਪੜੂੰਗਾ, ਜਿਰਮੀਆਂ ਕਿਉਂ ਰੋਂਦਾ ਸੀ 8 ਅਧਿਆਏ ਦਾ 10 ਵਚਨ। ਇਸ ਕਾਰਨ ਮੈਂ ਉਹਨਕੀ ਇਸਤਰੀਆਂ ਦੂਸਰੇ ਪੁਰਸ਼ੋਂ ਕੋ ਔਰ ਉਹਨਕੇ ਖੇਤ ਦੂਸਰੇ ਅਧਿਕਾਰੀਓ ਕੇ ਵਸ ਮੇ ਕਰ ਦੂੰਗਾ। ਯਾਦ ਰੱਖੋ ਇਹ ਪਰਮੇਸ਼ਵਰ ਦੇ ਖੁਦ ਮੂੰਹ ਦੇ ਬਿਆਨ ਆ। ਪਰਮੇਸ਼ਵਰ ਕਹਿੰਦਾ ਜਿਹੜੇ ਲੋਕ ਸਹੀ ਨਹੀਂ ਚੱਲਦੇ, ਔਰ ਇਹ ਕਿੰਨਾ ਨੂੰ ਕਿਹਾ ਗਿਆ ਹੈਗਾ? ਪ੍ਰਭੂ ਕਹਿੰਦਾ ਉਹਨਾਂ ਦੀਆਂ ਜਨਾਨੀਆਂ ਮੈਂ ਦੂਜਿਆਂ ਨੂੰ ਦੇ ਦੂੰਗਾ, ਉਹਨਾਂ ਦੇ ਖੇਤ ਤੱਕ ਦੂਜਿਆਂ ਦੇ ਲੋਕਾਂ ਦੇ ਵੰਡਰ ਕਰ ਦੂੰਗਾ। ਕਿਹੜੀ ਗੱਲੋਂ? ਕਿਉਂਕਿ ਛੋਟੇ ਸੇ ਲੇਕਰ ਬੜੇ ਤੱਕ ਸਭ ਕੇ ਸਭ ਲਾਲਚੀ ਕੀ ਬਣ ਗਏ ਆ? ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਦੇ ਸਭ ਲਾਲਚੀ। ਔਰ ਕੌਣ ਕੌਣ ਆ? ਕਿਆ ਭੂਸ਼ਵਕਤਾ, ਬਹੁਤ ਵੱਡੇ ਵੱਡੇ ਭੂਸ਼ਵਕਤਾ ਵੀ ਕਹਿੰਦਾ ਲਾਲਚੀ ਬਣ ਗਏ ਆ। ਉਹ ਝੂਠੀਆਂ ਭੂਸ਼ਵਾਣੀਆਂ ਕਰ ਕਰਕੇ ਪਰਮੇਸ਼ਰ ਕਹਿੰਦਾ ਹੈਗਾ ਪੈਸੇ ਠੱਗ ਦੇ ਆਪਣੇ ਲਾਲਚ ਦਾ ਕਰਕੇ ਉਹ ਕਈ ਚੀਜ਼ਾਂ ਨੂੰ ਪਰਮੇਸ਼ਵਰ ਦੇ ਵਾਸਤੇ ਜਿਹੜਾ ਲੋਕਾਂ ਦੇ ਚਪਟ ਰੱਖ ਦਿੰਦੇ ਹੈਗੇ ਆ। ਜਿਹੜੀਆਂ ਚੀਜ਼ਾਂ ਦੀ ਨਹੀਂ ਜ਼ਰੂਰਤ ਉਹ ਵੀ ਲੋਕਾਂ ਦੇ ਅੰਦਰ ਪਾ ਦਿੱਤੀਆਂ ਆ। ਪਰਮੇਸ਼ਰ ਕਹਿੰਦਾ ਛੋਟੇ ਤੋਂ ਲੈ ਕੇ ਵੱਡਾ ਤੱਕ ਹਰ ਇੱਕ ਲਾਲਚੀ ਬਣ ਚੁੱਕਿਆ ਹੈ। ਕਿ ਤੁਸੀਂ ਕਿਸੇ ਲਾਲਚੀ ਪਾਸਟਰ ਦੇ ਕੋਲ ਜਾਣਾ ਪਸੰਦ ਕਰੋਗੇ? ਹਾਲੇ ਲੋਹੀ ਆ, ਕਰੋਗੇ ਕਿ ਨਹੀਂ? ਜੇ ਜਾਣਾ ਪਵੇ ਤੇ ਦੇਖਿਆ ਕਿਆ ਭੂਸ਼ਵਕਤਾ, ਕਿਆ ਜਾਜਕ, ਉਹ ਸਭ ਕੇ ਸਭ ਛਲ ਸੇ ਕੰਮ ਕਰਤੇ ਹੈ, ਸਾਰੇ ਛਲ ਨਾਲ ਕੰਮ ਕਰਦੇ ਆ। ਉਹਨਾਂ ਨੇ ਸ਼ਾਂਤੀ ਹੈ ਸ਼ਾਂਤੀ ਐਸਾ ਕਹਿਕਰ ਮੇਰੀ ਪ੍ਰਜਾ ਕੇ ਖਾਓ ਉੱਪਰ ਹੀ ਉੱਪਰ ਸੇ ਚੰਗਾ ਕੀਆ, ਪਰੰਤੂ ਸ਼ਾਂਤੀ ਕੁਛ ਵੀ ਨਹੀਂ।
ਉਹ ਘੰਟਾ ਇਹਨਾਂ ਨੇ ਸਿਰਫ ਉਤੋਂ ਉਤੋਂ ਕਹਿ ਦਿੱਤਾ, ਉਹ ਚੰਗੇ ਹੋ ਜਾਓਗੇ, ਠੀਕ ਹੋ ਜਾਓਗੇ, ਗੱਡੀਆਂ ਮੋਟਰਾਂ ਸਭ ਕੁਝ ਮਿਲ ਜੂਗਾ। ਪ੍ਰਭੂ ਕਹਿੰਦਾ ਬਾਹਰੋਂ ਬਾਹਰੋਂ ਹੀ ਸ਼ਾਂਤੀ ਕਰਤੀ, ਅੰਦਰ ਕੱਖ ਹੈ ਹੀ ਨਹੀਂ। ਇਸ ਕਰਕੇ ਜਰਮੀਆ ਰੋਂਦਾ ਆ ਕਿ ਲੋਕ ਕਿੱਧਰ ਨੂੰ ਚਲ ਗਏ ਆ, ਲੋਕ ਕਿੱਧਰ ਨੂੰ ਤੁਰ ਪਏ। ਹਾਲੇਲੂਇਆ, ਅੱਜ ਕੀ ਹੋ ਗਿਆ ਇਹਨਾਂ ਨੂੰ? ਹਾਲੇਲੂਇਆ, ਉਹ ਜਨਰੇਟਰ ਚਲਾ ਹੀ ਲਓ ਤੁਸੀਂ ਜਾ ਕੇ। ਕਹਿੰਦਾ ਸਭ ਦੇ ਸਭ ਲਾਲਚੀ ਬਣ ਗਏ ਆ, ਸਭ ਦੇ ਸਭ ਲਾਲਚੀ ਬਣ ਗਏ। ਬਹੁ ਇਸ਼ਵਕਤਾ ਜਾਜਕ, ਬਹੁਤ ਸਾਰੇ ਝੂਠੇ ਨਬੀ ਪ੍ਰਭੂ ਕਹਿੰਦਾ ਉੱਠ ਖਲੋਏ ਆ, ਔਰ ਇਹ ਸਭ ਦੇ ਸਭ ਛਲ ਦੇ ਨਾਲ ਕੰਮ ਕਰਦੇ ਹੈਗੇ, ਸਭ ਦੇ ਸਭ ਛਲ ਨਾਲ ਕੰਮ ਕਰਦੇ ਹੈਗੇ, ਔਰ ਪਰਮੇਸ਼ੁਰ ਨੂੰ ਇਹ ਪਸੰਦ ਨਹੀਂ ਬਿਲਕੁਲ ਵੀ। ਰੋ ਰੋ ਕੇ ਉਹ ਪ੍ਰਾਰਥਨਾ ਕਰਦਾ, ਅੱਜ ਮੈਨੂੰ ਔਰ ਤੁਹਾਨੂੰ ਇੱਦਾਂ ਦੇ ਬਣਨਾ ਚਾਹੀਦਾ ਹੈਗਾ, ਅੱਜ ਰੋ ਰੋ ਕੇ ਆਪਣੀ ਗਲੀ ਮੁਹੱਲੇ ਵਾਸਤੇ ਪ੍ਰਾਰਥਨਾ ਕਰੋ, ਰੋ ਰੋ ਕੇ ਬਿਮਾਰਾਂ ਲਈ ਪ੍ਰਾਰਥਨਾ ਕਰੋ, ਰੋ ਰੋ ਜਿਹੜੇ ਨਸ਼ੇ ਕਰਦੇ ਉਹਨਾਂ ਲਈ ਪ੍ਰਾਰਥਨਾ ਕਰੋ, ਜਿਹੜੇ ਝੂਠੇ ਨਬੀ ਉਹਨਾਂ ਨੂੰ ਪਰਮੇਸ਼ੁਰ ਦੇ ਬਾਰੇ ਉਦੋਂ ਸਚਾਈ ਜੀ ਲਾਉਣ ਵਾਸਤੇ ਪ੍ਰਾਰਥਨਾ ਕਰੋ, ਝੂਠੇ ਬੁਸ਼ ਵਕਤਾ ਬਾਰੇ ਪ੍ਰਾਰਥਨਾ ਕਰੋ, ਪਰਮੇਸ਼ੁਰ ਇਹ ਸਹੀ ਤਰੀਕੇ ਨਾਲ ਤੇਰੀ ਪ੍ਰਜਾ ਨੂੰ ਚਲਾਉਣ ਵਾਲੇ ਬਣ ਜਾ। ਅੱਜ ਸਾਡੀਆਂ ਅੱਖਾਂ ਦੇ ਵਿੱਚ ਰੋਣ ਨਹੀਂ ਹੈਗਾ, ਅਸੀਂ ਰੋ ਸਕਦੇ ਜਦੋਂ ਕੋਈ ਸੰਸਾਰ ਦਾ ਕੰਮ ਹੋਵੇ, ਪਰਮੇਸ਼ੁਰ ਦੇ ਵਾਸਤੇ ਰੋ ਕੇ ਵੇਖੋ, ਪਰਮੇਸ਼ੁਰ ਤੁਹਾਨੂੰ ਬਹੁਤ ਜ਼ਿਆਦਾ ਪਾਵਰ ਦੇਗਾ, ਪਰਮੇਸ਼ੁਰ ਤੁਹਾਨੂੰ ਬਹੁਤ ਵੱਡੀ ਬਰਕਤ ਨਾਲ ਇਸਤੇਮਾਲ ਕਰੇਗਾ, ਕਿਉਂਕਿ ਜਰਮੀਆ 33 ਦੇ ਇਹਦੇ 3 ਵਚਨ 'ਚ ਇੱਕ ਵਾਰ ਫਿਰ ਲਿਖਦਾ ਆ, ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦਿਆਂਗਾ, ਮੈਂ ਤੈਨੂੰ ਔਖੀਆਂ ਔਖੀਆਂ ਅਤੇ ਵੱਡੀਆਂ ਵੱਡੀਆਂ ਗੱਲਾਂ ਦੱਸੂੰਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ। ਅੱਜ ਜ਼ਰੂਰਤ ਹੈ ਹਰ ਇਨਸਾਨ ਨੂੰ ਪੁਕਾਰਨ ਦੀ, ਪਰਮੇਸ਼ੁਰ ਪੁਕਾਰ ਕੇ ਵੇਖੋ, ਪਰਮੇਸ਼ੁਰ ਵੱਡੀ ਬਰਕਤ ਦੇਣ ਵਾਲਾ ਹੈ, ਪਰਮੇਸ਼ੁਰ ਵੱਡੇ ਮਾਰਗ ਖੋਲ੍ਹਣ ਵਾਲਾ ਤੁਹਾਡੇ ਵਾਸਤੇ। ਹਾਲੇਲੂਇਆ, ਹਾਲੇਲੂਇਆ। ਕਿੰਨੀਆਂ ਚੀਜ਼ਾਂ ਨੂੰ ਆਪਾਂ ਗਿਣ ਲਿਆ, ਗਾਇਆ, ਪੜ੍ਹ ਲਿਆ, ਚੱਲਣਾ ਕਿਹਦੇ ਵਾਂਗੂ ਆ ਭਰਾਵਾ? ਉਹਨੇ ਜਿਹਨੂੰ ਲਾਈਟ ਆਉਣ ਦੀ ਜਨੇਰ ਤੁਸੀਂ ਆ ਕਰਦੇ। ਹਾਲੇਲੂਇਆ, ਕਿੰਨੀਆਂ ਚੀਜ਼ਾਂ ਨੂੰ ਅਸੀਂ ਪੜ੍ਹ ਲਿਆ, ਚੱਲਣਾ ਅਨੋਖ ਦੇ ਵਾਂਗੂ, ਆਰਾਧਨਾ ਹਾਬਲ ਦੇ ਵਾਂਗੂ, ਕੰਮ ਨਹਾਮਿਆਂ ਦੇ ਵਾਂਗੂ, ਆਗਿਆ ਨੌ ਦੇ ਔਰ ਅਜੂਬ ਦੇ ਵਾਂਗੂ, ਅਗਵਾਈ ਮੂਸਾ ਦੇ ਵਾਂਗੂ, ਔਰ ਰੋਣਾ ਜਰਮੀਆ ਵਾਂਗੂ। ਇੱਕ ਹੋਰ ਚੀਜ਼, ਪ੍ਰਾਰਥਨਾ ਦਾਨੀਅਲ ਦੇ ਵਰਗੂ। ਸਭ ਆਪਣੇ ਨਾਲ ਦੱਸੋ, ਪ੍ਰਾਰਥਨਾ ਦਾਨੀਅਲ ਦੇ ਵਾਂਗੂ ਕਰੋ। ਹੁਣ ਦਾਨੀਅਲ ਕਿੱਦਾਂ ਪ੍ਰਾਰਥਨਾ ਕਰਦਾ ਸੀ, ਅਸੀਂ ਪੜ੍ਹਾਂਗੇ ਦਾਨੀਅਲ 6 ਦੇ ਆਏ ਤੇ ਅਸੀਂ 10 ਵਚਨ ਨੂੰ। ਜਬ ਦਾਨੀਅਲ ਕੋ ਮਾਲੂਮ ਹੁਆ ਕਿ ਉਸ ਪੱਤਰ ਪਰ ਹਸਤਕਾਰ ਕੀਆ ਗਿਆ, ਤੋ ਆਪਣੇ ਘਰ ਮੇ ਗਿਆ, ਔਰ ਜਿਸਕੀ ਉਪਰੋਠੀ ਕੋਠਰੀ ਕੀ ਖਿੜਕੀਆਂ ਯਰੂਸ਼ਲਮ ਕੀ ਔਰ ਖੁਲਤੀ ਥੀ, ਔਰ ਆਪਣੀ ਰੀਤੀ ਕੇ ਅਨੁਸਾਰ ਜੈਸਾ ਵੋ ਦਿਨ ਮੇ 3 ਵਾਰ ਪਰਮੇਸ਼ੁਰ ਕੇ ਸਾਹਮਣੇ ਘੁਟਨੇ ਟੇਕ ਕਰ ਪ੍ਰਾਰਥਨਾ ਔਰ ਧੰਨਵਾਦ ਕਰਦਾ ਥਾ, ਵੈਸਾ ਹੀ ਕਰਤਾ ਰਹਾ। ਹਾਲੇਲੂਇਆ, ਹਾਲੇਲੂਇਆ। ਯਾਦ ਰੱਖੋ ਪਰਮੇਸ਼ੁਰ ਦੇ ਪਿਆਰੇ ਲੋਕੋ, ਦਾਨੀਅਲ ਇੱਕ ਪਰਮੇਸ਼ੁਰ ਦਾ ਉਹ ਇੱਕ ਦਾਸ ਹੈਗਾ ਆ, ਜਿਹੜਾ ਇਸ ਟਾਈਮ ਦੇ ਉੱਪਰ ਗੁਲਾਮੀ ਦੇ ਵਿੱਚ ਹੈਗਾ, ਗੁਲਾਮੀ ਚ ਕਿੱਥੇ ਹੈਗਾ ਆ, ਔਰ ਗੁਲਾਮੀ ਵੀ ਥੋੜੇ ਦਿਨ ਦੀ ਨਹੀਂ। ਜਰਮੀਆ ਨੇ ਇੱਕ ਭਵਿੱਖਬਾਣੀ ਕੀਤੀ ਸੀ ਕਿ ਜਿਹੜੇ ਇਜ਼ਰਾਈਲੀ ਲੋਕ ਇੱਕ ਵਾਰ ਫਿਰ ਬਾਬਲ ਦੀ ਗੁਲਾਮੀ ਚ 70 ਸਾਲ ਲਈ ਚਲੇ ਜਾਣਗੇ। ਕਿੰਨੇ ਚਿਰ ਲਈ? 70 ਸਾਲ ਲਈ। ਇਹ ਜਰਮੀਆ ਨੇ ਪਹਿਲੋਂ ਭਵਿੱਖਬਾਣੀ ਕੀਤੀ ਸੀ ਕਿ ਇਜ਼ਰਾਈਲ ਦੇ ਲੋਕ ਫਿਰ 70 ਸਾਲ ਵਾਸਤੇ ਗੁਲਾਮੀ ਵਿੱਚ ਚਲੇ ਜਾਣਗੇ, ਔਰ ਉਹਨਾਂ ਦੇ ਵਿੱਚ ਆ ਵੀ 4 ਜਿਹੜੇ ਖਾਸ ਕਰਕੇ 4 ਨੌਜਵਾਨ ਇਹ ਵੀ ਪਹੁੰਚੇ ਹੈਗੇ, ਔਰ ਇਹਨਾਂ ਚੋਂ 3 ਜਿਹੜੇ ਦੂਸਰੇ ਦੇ ਦੋਸਤ ਆ, ਔਰ ਇੱਕ ਦਾਨੀਅਲ ਹੈਗਾ, ਔਰ ਇਹਨਾਂ ਤਿੰਨਾਂ ਦੇ ਬਾਰੇ ਵੀ ਅਸੀਂ ਪਹਿਲੋਂ ਬੜੀ ਵਾਰੀ ਆਪਾਂ ਪੜ੍ਹਿਆ ਸੁਣਿਆ ਕਿ ਉਹ ਕਿੱਦਾਂ ਪਰਮੇਸ਼ੁਰ ਨਾਲ ਚੱਲਦੇ ਸੀ। ਉਹਨਾਂ ਦੀ ਪ੍ਰਾਰਥਨਾ ਬੜੀ ਪਾਵਰਫੁਲ ਸੀ, ਰਾਜੇ ਨੂੰ ਸਿੱਧਾ ਚੈਲੰਜ ਕੀਤਾ, ਰਾਜਾ ਅਸੀਂ ਤੇਰੀਆਂ ਮੂਰਤੀਆਂ ਨੂੰ ਮੱਥਾ ਨਹੀਂ ਟੇਕਾਂਗੇ ਭਾਵੇਂ ਕੁਛ ਵੀ ਹੋ ਜੇ। ਉਸ ਰਾਜੇ ਨੇ ਕਿਹਾ ਕਿ ਤੂੰ ਜਿਹੜੇ ਲੋਕ ਬਾਹਰੋਂ ਲਿਆਂਦੇ ਗਏ ਆ, ਇਹਨਾਂ ਚੋਂ 4 ਵਧੀਆ ਬੰਦੇ ਸੋਹਣੇ ਸੁਨੱਖੇ ਕੱਢ ਕੇ ਲਿਆਓ, ਉਹ ਜਿਹੜੇ ਮੇਰੇ ਰਾਜ ਭਵਨ ਚ ਰਹਿਣ ਦੇ ਔਰ ਖੜੇ ਰਹਿਣ ਦੇ ਯੋਗ ਹੋਣ। ਔਰ ਉਹਨਾਂ ਨੂੰ ਕਿਹਾ
ਇਹਨਾਂ ਨੂੰ ਜਿਹੜਾ ਵਧੀਆ ਮੀਟ ਮੱਛੀ ਜਿਹੜਾ ਉਸ ਟਾਈਮ ਤੇ ਖਾਂਦੇ ਸੀ ਉਹ ਇਹਨਾਂ ਨੂੰ ਦਿੱਤਾ ਜਾਵੇ। ਔਰ ਦਾਨੀਅਲ ਔਰ ਇਹਦੇ ਚਾਰਾਂ ਜਿਹੜੇ ਤਿੰਨ ਦੋਸਤ ਸੀ ਚਾਰਾਂ ਨੇ ਕਿਹਾ ਕਿ ਸਾਨੂੰ ਆਹ ਚੀਜ਼ਾਂ ਨਹੀਂ ਚਾਹੀਦੀਆਂ ਹੈਗੀਆਂ, ਸਾਨੂੰ ਵੀ ਸਾਗ ਪੱਤ ਦਿੱਤਾ ਜਾਵੇ। ਕੀ ਦਿੱਤਾ ਜਾਵੇ? ਸਾਨੂੰ ਉਹਦੇ ਸਾਗ ਪੱਤ ਚਾਹੀਦਾ ਸਾਨੂੰ। ਯਾਦ ਰੱਖੋ ਕਿ ਇਜ਼ਰਾਈਲੀ ਲੋਕ ਜਿਹੜੇ ਸੀ ਉਹ ਤੇ ਬਹੁਤ ਜ਼ਿਆਦਾ ਮਾਸ ਮੱਛੀ ਖਾਂਦੇ ਸੀ, ਇਹਨਾਂ ਨੇ ਨਾ ਕਿਉਂ ਕੀਤੀ ਹੋਊਗੀ ਉੱਥੇ? ਹਾਲੇਲੂਇਆ। ਕਿਉਂਕਿ ਉਹ ਸਭ ਮੂਰਤੀ ਪੂਜਕ ਲੋਕ ਸੀ ਔਰ ਉਹ ਬਲੀਆਂ ਦਿੰਦੇ ਸੀ ਪਸ਼ੂਆਂ ਦੀਆਂ, ਉਹ ਚੀਜ਼ਾਂ ਦੀਆਂ ਬਲੀਆਂ ਦੇ ਕੇ ਕੱਢਦੇ ਸੀ। ਇਸ ਕਰਕੇ ਦਾਨੀਅਲ ਨੇ ਕਿਹਾ ਅਸੀਂ ਬਲੀਆਂ ਵਾਲੇ ਨਹੀਂ ਖਾ ਸਕਦੇ, ਅਸੀਂ ਤੇ ਪਰਮੇਸ਼ਵਰ ਦੇ ਲੋਕ ਹੈਗੇ, ਸਾਨੂੰ ਇਹ ਨਹੀਂ ਚਾਹੀਦਾ, ਸਾਨੂੰ ਸਾਗ ਪੱਤ ਹੀ ਦੇ ਦਿਓ। ਔਰ ਦਾਨੀਅਲ ਦੀ ਪ੍ਰਾਰਥਨਾ ਜਿਹੜੀ ਇਸ ਜਗ੍ਹਾ ਦੇ ਉੱਪਰ ਦਿੱਤੀ ਗਈ ਹੈਗੀ ਆ ਬਹੁਤ ਹੀ ਪਾਵਰਫੁਲ। ਦਾਨੀਅਲ ਨੂੰ ਜਦੋਂ ਪਤਾ ਲੱਗਾ ਮੈਨੂੰ ਸ਼ੇਰਾਂ ਦੇ ਪਿੰਜਰੇ 'ਚ ਸੁੱਟਿਆ ਜਾਣਾ ਹੈਗਾ, ਔਰ ਉਹ ਪ੍ਰਾਰਥਨਾ ਕਰਨ ਡਿਆ ਪਿਆ। ਪਹਿਲੀ ਗੱਲ ਜੇ ਤੁਹਾਨੂੰ ਇਹ ਪਤਾ ਲੱਗ ਜਾਏ, ਦਾਨੀਅਲ ਨੂੰ ਪਤਾ ਸੀ ਕਿ ਅਸੀਂ 70 ਸਾਲ ਗੁਲਾਮੀ 'ਚ ਰਹਿਣਾ ਹੈ। ਜੇ ਤੁਹਾਨੂੰ ਪਤਾ ਲੱਗ ਜਾਏ 70 ਸਾਲ ਗੁਲਾਮੀ 'ਚ ਰਹਿਣਾ ਹੈ, ਤੁਸੀਂ ਪ੍ਰਾਰਥਨਾ ਕਰੋਗੇ ਕਦੀ? ਹਾਂ, ਕਦੀ ਵੀ ਨਹੀਂ। ਤੁਹਾਨੂੰ ਕੋਈ ਕਹਿੰਦਾ ਨਾ ਤੁਹਾਡੇ 7 ਸਾਲ ਕਸ਼ਟ ਹੈ, ਤੁਸੀਂ ਕਿਹੜਾ 7ਵੇਂ ਸਾਲ ਚਰਚ ਆਵਾਂਗੇ? 6 ਸਾਲ ਘਰੇ ਰਹਿੰਦੇ ਹਾਂ, ਜੇ 7 ਸਾਲ ਹੀ ਕੱਟਣੇ ਆ ਤੇ 7ਵੇਂ ਸਾਲ ਹੀ ਆ ਜਾਵਾਂਗੇ, ਆਹ ਸਾਲ ਘਰੇ ਰਹਿੰਦੇ ਆ। ਯਾਦ ਰੱਖੋ ਦਾਨੀਅਲ ਨੂੰ ਪਤਾ ਸੀ 70 ਸਾਲ ਸਾਡੇ ਉੱਪਰ ਜਿਹੜੀ ਆ ਪ੍ਰੋਬਲਮ ਹੈਗੀ ਆ, ਔਰ ਫਿਰ ਵੀ ਉਹ ਪ੍ਰਾਰਥਨਾ ਕਰਦਾ। ਇੱਕ ਪ੍ਰਾਰਥਨਾ ਦਾ ਯੋਧਾ ਜਿਹਨੇ ਸਿਖਾਇਆ ਸਾਨੂੰ ਸਭ ਨੂੰ ਕਿ ਪ੍ਰਾਰਥਨਾ ਕਰਨੀ ਆ ਤੇ ਗੁਲਾਮੀ ਵਿੱਚ ਵੀ ਜਾ ਕੇ ਕਰੋ, ਪ੍ਰੋਬਲਮ ਦੇ ਵਿੱਚ ਵੀ ਕਰੋ, ਮੁਸੀਬਤ ਦੇ ਵਿੱਚ ਵੀ ਕਰੋ। ਔਰ ਮੈਂ ਤੈਨੂੰ ਦੱਸਦਾ ਜਿਹੜੇ ਮੁਸੀਬਤ 'ਚ ਪ੍ਰਾਰਥਨਾ ਕਰਦੇ ਨਾ ਉਹ ਸੱਚੀ ਆਜ਼ਾਦ ਹੋ ਜਾਂਦੇ ਆ। ਜੁਨਾਹ ਨੂੰ ਵੇਖਿਆ ਨਾ, ਜੁਨਾਹ ਜਦੋਂ ਬਾਹਰ ਸੀ ਪ੍ਰਾਰਥਨਾ ਨਹੀਂ ਕੀਤੀ, ਜਦੋਂ ਮੱਛੀ ਨੇ ਢਿੱਡ 'ਚ ਗਿਆ ਹੈਗਾ ਆ ਅੰਦਰ ਜਾ ਕੇ ਪ੍ਰਾਰਥਨਾ ਕਰਦਾ, ਪਰਮੇਸ਼ਰ ਹੁਣ ਮੈਂ ਤੇਰਾ ਕੰਮ ਕਰੂੰਗਾ ਬਾਹਰ ਕੱਢ, ਉਸੇ ਵੇਲੇ ਲਿਖਿਆ ਮੱਛੀ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਔਰ ਜਿਹੜਾ ਜੁਨਾਹ ਹੈਗਾ ਆ ਉਹ ਫਟਾਫਟ ਨੀਵੇ ਨੂੰ ਪਹੁੰਚ ਗਿਆ। ਹਾਲੇਲੂਇਆ। ਆਜ਼ਾਦ ਉਦੋਂ ਹੁੰਦੇ ਆ ਜਦੋਂ ਮੁਸੀਬਤ ਵਿੱਚ ਵੀ ਪ੍ਰਾਰਥਨਾ ਕਰਦੇ, ਜਦੋਂ ਪ੍ਰੋਬਲਮ ਦੇ ਵਿੱਚ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਉਦੋਂ ਤੁਹਾਡੀ ਮਦਦ ਵੀ ਕਰਦਾ ਹੈਗਾ। ਪਰ ਤੁਹਾਡੀ ਪ੍ਰਾਰਥਨਾ ਕਿੱਦਾਂ ਦੀ ਹੋਣੀ ਚਾਹੀਦੀ ਆ? ਇੱਕਦਮ ਪਾਵਰਫੁਲ ਔਰ ਵਿਸ਼ਵਾਸ ਯੋਗ। ਪਤਰਸ ਜਦੋਂ ਲਿਖਿਆ ਡੁੱਬਣ ਡਿਆ ਹੈਗਾ ਪਾਣੀ ਦੇ ਉੱਪਰ, ਪ੍ਰਭੂ ਯਿਸੂ ਮਸੀਹ ਨੂੰ ਵੇਖਿਆ ਚੱਲਣ ਡਿਆ ਹੈਗਾ, ਔਰ ਪਤਰਸ ਕਹਿੰਦਾ ਪ੍ਰਭੂ ਜੇ ਤੂੰ ਹੀ ਆ ਤਾਂ ਮੈਂ ਵੀ ਚੱਲਣਾ ਚਾਹੁੰਦਾ ਆ। ਪ੍ਰਭੂ ਕਹਿੰਦਾ ਠੀਕ ਆ ਪਤਰਸ, ਆ ਜਾ ਤੂੰ ਵੀ ਪਾਣੀ ਉੱਪਰ ਚੱਲ। ਉਹ ਜਦੋਂ ਚੱਲਣਾ ਸ਼ੁਰੂ ਕੀਤਾ ਹੈਗਾ ਆ, ਥੋੜੀ ਦੂਰ ਗਿਆ ਔਰ ਥੱਲੇ ਪਾਣੀ ਵੇਖਿਆ, ਆਸ ਪਾਸ ਵੇਖਿਆ, ਘਬਰਾ ਗਿਆ, ਡੁੱਬਣ ਡਿਆ ਪਿਆ। ਅੱਜ ਅਸੀਂ ਵੀ ਇੱਦਾਂ ਦੇ ਮਸੀਹ ਹੈਗੇ ਨਾ, ਚਾਰੇ ਪਾਸੇ ਧਿਆਨ ਰੱਖਣਾ, ਡੁੱਬਦੇ ਕਿਉਂ ਹੈਗੇ ਆ? ਧਿਆਨ ਪਰਮੇਸ਼ਰ ਵੱਲ ਚਾਹੀਦਾ ਸੀ, ਜਿਹਨੇ ਕਿਹਾ ਮੇਰੇ ਵੱਲ ਆ, ਵੇਖਣਾ ਤੇ ਉਹਨੂੰ ਸੀ ਪਰ ਵੇਖਣ ਇੱਧਰ ਉੱਧਰ ਡਹਿ ਪਿਆ। ਪਤਰਸ ਨੇ ਸੋਚਿਆ ਉਹ ਇਹਦੇ ਡੂੰਘਾ ਹੀ ਬਹੁਤ ਆ, ਜਿੱਧਰ ਮੈਂ ਚੜ ਗਿਆ ਪਾਣੀ ਦੇ ਉੱਪਰ, ਇਹ ਤਾਂ ਨਦੀ ਡੂੰਘੀ ਬਹੁਤ ਜ਼ਿਆਦੀ ਆ, ਇੱਥੋਂ ਦੇ ਸਮੁੰਦਰ ਬਹੁਤ ਜ਼ਿਆਦਾ ਗਹਿਰਾਈ ਵਿੱਚ ਆ, ਮੈਂ ਕਿੱਧਰ ਆ ਗਿਆ? ਉਸੇ ਵੇਲੇ ਡੁੱਬਣ ਡਹਿ ਪਿਆ। ਔਰ ਕੀ ਕਿਹਾ ਫਿਰ ਉਹਨੇ, ਕੀ ਕਿਹਾ ਉਹਨੇ? ਹਾਂਜੀ, ਹਾਂ ਪ੍ਰਭੂ ਬਚਾ, ਬਸ ਇੰਨੀ ਪ੍ਰਾਰਥਨਾ। ਪ੍ਰਭੂ ਨੇ ਹੱਥ ਫੜ ਕੇ ਉਸੇ ਵੇਲੇ ਉੱਪਰ ਲਿਆ। ਹਾਲੇਲੂਇਆ। ਪ੍ਰਭੂ ਨੇ ਉਸੇ ਸਮੇਂ ਪਤਰਸ ਨੂੰ ਬਾਹਰ ਕੱਢ ਦਿੱਤਾ, ਡੁੱਬਣ ਡਿਆ। ਅੱਜ ਸਾਡੀ ਪ੍ਰਾਰਥਨਾ ਇੱਦਾਂ ਦੀ ਹੋਵੇ, ਬਿਲਕੁਲ ਸਮਰਥ ਨਾਲ ਭਰੀ, ਪਾਵਰ ਨਾਲ ਭਰੀ ਔਰ ਵਿਸ਼ਵਾਸ ਯੋਗ। ਯਾਦ ਰੱਖੋ ਜਿਹੜੇ ਲੋਕਾਂ ਨੂੰ ਆਪਣੀ ਪ੍ਰਾਰਥਨਾ ਤੇ ਭਰੋਸਾ ਨਹੀਂ ਨਾ ਹੁੰਦਾ ਉਹ ਕਦੀ ਕਾਮਯਾਬ ਨਹੀਂ ਹੁੰਦੇ। ਵੀ ਸਭ ਬੋਲੋ ਪਰਮੇਸ਼ਰ ਮੈਂ ਆਪਣੀ ਪ੍ਰਾਰਥਨਾ ਤੇ ਵਿਸ਼ਵਾਸ ਕਰੂੰਗਾ। ਤੁਸੀਂ ਜੋ ਵੀ ਪ੍ਰਾਰਥਨਾ ਕਰਦੇ ਆ ਬਸ ਗਲਤ ਨਹੀਂ ਹੋਣੀ ਚਾਹੀਦੀ। ਗਲਤ ਮਤਲਬ ਏਦਾਂ ਉਲਟੀਆਂ ਪੁਲਟੀਆਂ ਪ੍ਰਾਰਥਨਾ ਨਹੀਂ ਕਰਦੀਆਂ, ਪ੍ਰਭੂ ਉਹਦਾ ਐ ਹੋ ਜੇ, ਉਹਦਾ ਜੇ ਹੋ ਜੇ, ਉਹਦਾ ਮਰ ਜੇ, ਉਹਦਾ ਉੱਗੇ ਨਾ ਜੇ, ਏਦਾਂ ਦੀ ਪ੍ਰਾਰਥਨਾ ਨਹੀਂ ਸੁਣਦਾ ਪ੍ਰਭੂ। ਉਹਦਾ ਵਿਆਹ ਨਾ ਹੋਵੇ, ਉਹਦੇ ਮੁੰਡਾ ਨਾ ਹੋਵੇ, ਉਹਦੇ ਕੁੜੀ ਨਾ ਹੋਵੇ, ਇਹ ਪ੍ਰਾਰਥਨਾ ਪਰਮੇਸ਼ਰ ਨਹੀਂ ਸੁਣਦਾ। ਪ੍ਰਾਰਥਨਾ ਉਲਟਾ ਕਰੋਗੇ ਨਾ ਇੱਥੋਂ, ਪ੍ਰਭੂ ਉਹਨੂੰ ਡਬਲ ਬਰਕਤ ਮਿਲੇ ਤੇ ਤੁਹਾਨੂੰ ਵੀ ਪ੍ਰਭੂ ਦੇ ਸਕਦਾ, ਪ੍ਰਭੂ ਉਹਦੇ ਘਰ ਬੇਟਾ ਹੋਵੇ ਤੇ ਪਰਮੇਸ਼ਰ ਤੁਹਾਡੇ ਘਰ ਵੀ ਬਰਕਤ ਦੇ ਸਕਦਾ। ਉਲਟੀਆਂ ਪ੍ਰਾਰਥਨਾ ਪਰਮੇਸ਼ਰ ਨਹੀਂ ਜੇ ਸੁਣਦਾ। ਉਹ ਕਈ ਵੇਖਣਾ, ਕਈ ਉਹ ਸਾਹੀ ਕਹਿੰਦੇ ਗਏ ਸਾਨੂੰ ਦੱਸਦੇ ਸੀ, ਉਹ ਬਾਬੇ ਵਕਾਲੇ ਜਾਂ ਕੋਈ ਬੰਦਾ, ਉਹ ਭੈਣ ਨੂੰ ਸ਼ਾਇਦ ਪਤਾ ਹੋਵੇ, ਕਹਿੰਦੇ ਉਹ ਆਪਣੇ ਘਰ 'ਚ ਖਲੋ ਕੇ ਤੇ ਉੱਚੀ ਉੱਚੀ ਪ੍ਰਾਰਥਨਾ ਕਰਦਾ, ਪ੍ਰਭੂ ਇਹਨਾਂ ਗੁਆਂਢੀਆਂ ਦਾ ਰਵੇ ਕੱਖ ਨਾ, ਉਹਦਾ ਵੀ ਰਵੇ ਕੱਖ ਨਾ। ਉਹ ਸੱਚ ਆ, ਉਹ ਪਤਾ ਨਹੀਂ ਉਹਦਾ ਪਾਸਟਰ ਵੀ ਉਹਨੂੰ ਕੀ ਸਿੱਖਿਆ ਦਿੰਦਾ, ਉਹ ਇੱਦਾਂ ਦੀ ਪ੍ਰੇਅਰ ਕਰਦਾ ਕਿ ਪ੍ਰਭੂ ਸੁਣਦਾ ਹੋਊਗਾ ਇਹੋ ਜਿਹੀ ਪ੍ਰਾਰਥਨਾ ਨੂੰ।
ਉਲਟਾ ਉਹ ਪ੍ਰਭੂ ਯਿਸੂ ਮਸੀਹ ਨੂੰ ਬਦਨਾਮ ਕਰਦੇ। ਹਾਲੇਲੂਇਆ, ਪ੍ਰਾਰਥਨਾ ਕਰੋ ਕਿਸੇ ਵਾਸਤੇ ਚੰਗੀ ਕਰੋ। ਦਾਨੀਅਲ ਦਾ ਯਾਦ ਰੱਖੋ, ਸੁਭਾਅ ਜਿਹੜਾ ਆ ਉਹ ਕਿੱਦਾਂ ਦਾ ਹੈਗਾ। ਦਾਨੀਅਲ ਦਿਨ ਚ 3 ਵਾਰੀ ਪ੍ਰਾਰਥਨਾ ਕਰਦਾ ਹੈਗਾ ਔਰ ਪਰਮੇਸ਼ੁਰ ਉਹਦੀ ਪ੍ਰਾਰਥਨਾ ਨੂੰ ਸੁਣਦਾ ਵੀ ਜ਼ਰੂਰ ਹੈਗਾ। ਪਰਮੇਸ਼ੁਰ ਸੁਣਦਾ ਵੀ ਹੈਗਾ ਉਹਦੀ ਪ੍ਰਾਰਥਨਾ ਨੂੰ, ਔਰ ਸੁਣਦਾ ਵੀ ਇਸ ਤਰ੍ਹਾਂ ਆ ਕਿ ਸ਼ੇਰਾਂ ਦੇ ਮੂੰਹ ਵੀ ਬੰਦ ਹੋ ਜਾਂਦੇ। ਸ਼ੇਰਾਂ ਦੇ ਮੂੰਹ, ਅੱਜ ਵੀ ਯਾਦ ਰੱਖੋ ਸਾਡੇ ਜੀਵਨ ਚ ਬੜੇ ਵੱਡੇ ਵੱਡੇ ਜਿਹੜੇ ਆ ਬਿਮਾਰੀਆਂ ਦੇ ਮੂੰਹ ਖੁੱਲੇ ਆ, ਬੜੀਆਂ ਵੱਡੀਆਂ ਵੱਡੀਆਂ ਪ੍ਰੋਬਲਮਾਂ ਦੇ ਮੂੰਹ ਖੁੱਲੇ ਹੈਗੇ ਆ, ਨਸ਼ਿਆਂ ਦੇ ਮੂੰਹ ਖੁੱਲੇ, ਕਰਜ਼ਿਆਂ ਦੇ ਮੂੰਹ ਖੁੱਲੇ ਹੈਗੇ ਆ। ਇਹਨਾਂ ਨੂੰ ਬੰਦ ਕਰੋ। ਬੋਲੋ, ਪਰਮੇਸ਼ੁਰ ਮੈਂ ਅੱਜ ਹੀ ਬੰਦ ਕਰੂੰਗਾ, ਅੱਜ ਜਾਂਦਿਆਂ ਹੀ ਬੰਦ ਕਰ ਦੂੰਗਾ, ਬਸ ਤੂੰ ਮੇਰੇ ਨਾਲ ਚਾਹੀਦਾ। ਹਾਲੇਲੂਇਆ। ਯਾਦ ਰੱਖੋ ਜੇ ਪਾਵਰ ਹੈਗੀ ਤੁਹਾਡੇ ਵਿੱਚ ਤੇ ਲੜਨ ਚ ਨਾ ਦਿਖਾਓ, ਪ੍ਰਾਰਥਨਾ ਚ ਦਿਖਾਓ। ਹੋ ਸਕਦਾ ਕੁਛ ਚੀਜ਼ਾਂ ਤੁਹਾਡੀਆਂ ਜਿਹੜੀਆਂ ਉਹ ਸ਼ੈਤਾਨ ਜਿਹੜਾ ਇਸੇ ਤਰ੍ਹਾਂ ਰੋਕ ਕੇ ਬੈਠਾ ਹੋਵੇ, ਔਰ ਸਾਡੀ ਪ੍ਰੇਅਰ ਨਹੀਂ ਹੈਗੀ ਪੂਰੀ, ਸਾਡੀ ਪ੍ਰਾਰਥਨਾ ਨਹੀਂ ਪੂਰੀ ਹੈਗੀ ਕਿ ਪਰਮੇਸ਼ੁਰ ਮੈਂ ਕਰ ਸਕਦਾ ਇਸ ਚੀਜ਼ ਨੂੰ, ਮੈਂ 100% ਕਰ ਸਕਦਾ ਹੈਗਾ। ਔਰ ਤੁਸੀਂ ਕਰ ਸਕਦੇ ਆ। ਸਭ ਬੋਲੋ, ਮੈਂ ਸਮਰਥੀ ਆ ਕਿਉਂਕਿ ਮੇਰਾ ਜ਼ਿੰਦਾ ਯਿਸੂ ਮੇਰੇ ਨਾਲ ਆ। ਮੈਂ ਸਮਰਥੀ ਆ, ਮੇਰਾ ਪਰਮੇਸ਼ੁਰ ਮੈਨੂੰ ਬਣਾਉਂਦਾ ਆ। ਹਾਲੇਲੂਇਆ। ਉਹ ਪਿੱਛੇ ਤੁਸੀਂ ਹੱਥ ਬਾਅਦ ਚ ਬਣਾਇਓ, ਪਹਿਲਾਂ ਕਹੋ ਮੈਂ ਸਮਰਥੀ ਆ। ਉਹ ਭਾਈ ਸਾਹਿਬ, ਹਾਲੇਲੂਇਆ, ਅੰਦਰ ਆਇਓ ਤੁਸੀਂ, ਥੋੜੇ ਗਾਹ ਜਾਓ, ਕੁਰਸੀਆਂ ਚੁੱਕੋ, ਅੰਦਰ ਆਓ। ਮੇਰਾ ਤੂੰ ਚੰਗਾ ਭਲਾ ਇੱਥੇ ਬੈਠਾ, ਉੱਠ ਕੇ ਬਾਹਰ ਚਲ ਗਿਆ, ਇੱਥੇ ਧੁੱਪ ਸੀ। ਪਰਮੇਸ਼ੁਰ ਸਾਨੂੰ ਸਮਰਥੀ ਬਣਾਉਂਦਾ, ਪਾਵਰਫੁੱਲ ਬਣਾਉਂਦਾ ਹੈਗਾ। ਔਰ ਦਾਨੀਅਲ ਦੀ ਜਾਨ ਜਦੋਂ ਬਚੀ ਹੈਗੀ, ਉਹਦੀ ਪ੍ਰਾਰਥਨਾ ਲਿਖਿਆ, ਉਹ ਪ੍ਰਾਰਥਨਾ ਕਰਨ ਲੱਗ ਪਿਆ। ਉਹ ਜਦੋਂ ਰਾਜਾ ਆਇਆ ਆ, ਇਹਦੇ 19 ਵਜਨ ਚ ਲਿਖਿਆ, ਭੋਰ ਕੋ ਭੋ ਫੜਤੇ ਹੀ ਰਾਜਾ ਉਠਾ ਔਰ ਸਿਹੋਂ ਕੇ ਗੱਡੇ ਕੋ ਫੁਰਤੀ ਸੇ ਚਲਾ। ਯਾਦ ਰੱਖੋ ਕਿੱਦਾਂ ਜਾਣ ਡਿਆ ਰਾਜਾ, ਜਿਹਨੇ ਸੁੱਟਿਆ ਉਹਨੂੰ ਫੁਰਤੀ ਦੇ ਨਾਲ, ਬੜੀ ਫੁਰਤੀ ਨਾਲ ਗਿਆ। ਰਾਜਾ ਨਹੀਂ ਸੀ ਵੈਸੇ ਚਾਹੁੰਦਾ ਕਿ ਇਹਨੂੰ ਮਾਰਿਆ ਜਾਵੇ ਜਾਂ ਸੁੱਟਿਆ ਜਾਵੇ, ਪਰ ਚਮਚੇ ਹੀ ਚਾਹੁੰਦੇ। ਕੌਣ ਚਾਹੁੰਦੇ ਸੀ? ਅੱਜ ਵੀ ਯਾਦ ਰੱਖੋ, ਜ਼ਿਆਦਾਤਰ ਪਾਸਟਰ ਤੇ ਭਾਵੇਂ ਜਰਾ ਚੰਗਾ ਹੋਵੇ, ਚਮਚੇ ਹੀ ਚਮਚੇ ਹੀ ਕੰਮ ਖਰਾਬ ਕਰ ਦਿੰਦੇ ਗਾੜੀ ਗਾੜੀ। ਉਹ ਝੂਠੀਆਂ ਫਵਾਂ ਫਲਾ ਫਲਾ ਕੇ ਗਾੜੀ ਗਲਤ ਦੱਸ ਦੱਸ ਕੇ ਉਹ ਚਮਚੇ ਜ਼ਿਆਦਾ ਹੀ ਚੁੱਕ ਦਿੰਦੇ। ਹਾਲੇਲੂਇਆ। ਉਹ ਜਿਹੜੇ ਚਮਚੇ ਸੀ ਉਹ ਨਹੀਂ ਚਾਹੁੰਦੇ, ਉਹ ਕਹਿੰਦੇ ਨਹੀਂ ਨਹੀਂ ਜੀ ਸੁੱਟੋ ਇਹਨਾਂ ਨੂੰ, ਇਹ ਤਾਂ ਬੰਦਾ ਆਪਣੇ ਰੱਬ ਨੂੰ ਮੰਨੀ ਜਾਂਦਾ ਆ, ਇਹਨੇ ਤੁਹਾਡੀ ਗੱਲ ਮੰਨੀ ਨਹੀਂ ਆ, ਇਹ ਤੇ ਆਪਣੇ ਰੱਬ ਦੀ ਉਪਾਸਨਾ ਕਰਦਾ ਹੈਗਾ। ਸਾਡੇ ਕਈ ਰੀਤ ਹੈ ਨਾ, ਦਾਨੀਅਲ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਜੀ ਮੂਰਤੀ ਨੂੰ ਮੱਥਾ ਟੇਕਣਾ, ਤੁਸੀਂ ਆਪਣੇ ਰੱਬ ਨੂੰ ਹੋਰ ਕਿਸੇ ਦੀ ਉਪਾਸਨਾ ਨਹੀਂ ਕਰਨੀ, ਜਿੱਦਾਂ ਕਿਤੇ ਸਾਨੂੰ ਕੋਈ ਕਹਿੰਦੇ ਅਸੀਂ ਫਟਾਫਟ। ਮੈਨੂੰ ਨਹੀਂ ਲੱਗਦਾ ਕਿ ਥੋੜੇ ਲੋਕ ਸ਼ਾਇਦ ਹੋ ਸਕਦੇ ਆ ਕਿ ਨਹੀਂ। ਬਾਕੀ ਨੇ ਕਹਿਣਾ ਕੋਈ ਗੱਲ ਨਹੀਂ ਜੀ, ਪ੍ਰਭੂ ਨੂੰ ਮਾਫੀ ਮੰਗ ਲਾਂਗੇ, ਪ੍ਰਭੂ ਔਖੇ ਵੇਲੇ ਮੱਥਾ ਟੇਕਣਾ ਹੀ ਪਿਆ। ਕਈ ਕਹਿੰਦੇ ਨਾ ਪਾਠ ਜੀ ਕੋਈ ਨੀ, ਮੈਂ ਪ੍ਰਾਰਥਨਾ ਕਰਕੇ ਨਾ ਤੇ ਉੱਥੋਂ ਮੈਂ ਨਾਂ ਤੇ ਯਿਸੂ ਮਸੀਹ ਦਾ ਹੀ ਲਿਆ ਸੀ ਤੇ ਮੈਨੂੰ ਮੱਥਾ ਟੇਕਣਾ ਹੀ ਪਿਆ ਉੱਥੇ। ਹਾਲੇਲੂਇਆ। ਏਦਾਂ ਕਹਿੰਦੇ ਨਾ ਆਪਾਂ, ਮੈਂ ਨਾਂ ਤੇ ਯਿਸੂ ਮਸੀਹ ਦਾ ਹੀ ਲਿਆ ਸੀ ਉੱਥੇ। ਯਾਦ ਰੱਖੋ ਦਾਨੀਅਲ ਵਰਗਾ ਜਿਗਰਾ ਰੱਖ ਕੇ ਜਾਓ। ਮੈਂ ਆਪਣੀ ਜ਼ਿੰਦਗੀ ਸੱਚ ਕਹਿੰਦਾ, ਮੈਂ ਕਿਤੇ ਨਹੀਂ ਝੁਕਦਾ, ਮੈਂ ਯਿਸੂ ਮਸੀਹ ਦਾ ਨਾਂ ਲੈ ਕੇ ਵੀ ਨਹੀਂ ਝੁਕਦਾ। ਕਿਉਂ ਝੁਕਾਂ ਮੈਂ ਯਿਸੂ ਮਸੀਹ ਦਾ ਨਾਂ ਲੈ ਕੇ? ਕੌਣ ਆ ਭਲਾ? ਉਹ ਕਹਿੰਦਾ ਆਕਾਸ਼ ਮੇਰਾ ਸਿਹਾਸਨ, ਧਰਤੀ ਮੇਰੇ ਕੀ ਆ? ਪੈਰ ਰੱਖਣ ਦੀ ਚੌਂਕੀ ਆ। ਆਕਾਸ਼ ਮੇਰਾ ਸਿਹਾਸਨ, ਜਿਹਨੇ ਪਰਮੇਸ਼ੁਰ ਨੂੰ ਵੇਖਣਾ, ਆਕਾਸ਼ ਨੂੰ ਵੇਖੋ। ਉਹ ਜੇ ਤੁਹਾਨੂੰ ਇਹਦਾ ਕਿਨਾਰਾ ਲੱਭ ਜੂ ਤੇ ਤੁਹਾਨੂੰ ਪਤਾ ਲੱਗ ਜੂਗਾ ਕੌਣ ਆ ਜਿਹਨੂੰ ਮੈਂ ਮੰਨਦਾ, ਉਹ ਕੌਣ ਆ ਜਿਹਦੀ ਮੈਂ ਰੋਜ਼ ਉਪਾਸਨਾ ਕਰਦਾ ਹਾਂ। ਏਦਾਂ ਦੇ ਕਿਨਾਰਾ ਹੀ ਨਹੀਂ ਦੀਦਾ ਆਕਾਸ਼ ਦਾ ਕਿੱਥੇ ਆ? ਕਿਉਂਕਿ ਕਹਿੰਦਾ ਆਕਾਸ਼ ਮੇਰਾ ਕੀ ਆ? ਏਦਾਂ ਲੱਭ ਕੇ ਦਿਖਾਓ ਕਿਨਾਰੇ ਕੇ ਭਜਨੀ ਬੋਲਦੇ ਹੁੰਦੇ ਨਾ, ਇੰਨਾ ਵੱਡਾ ਆਕਾਸ਼ ਬਣਾਇਆ, ਪਤਾ ਨੀ ਕਿੱਥੇ ਕਿਨਾਰਾ ਹੈ। ਸੱਚ ਇਹਨਾਂ ਦੇ ਕਿਨਾਰਾ ਹੀ ਨਹੀਂ ਪਤਾ ਕਿਸੇ ਨੂੰ ਕਿੱਥੋਂ ਖਤਮ ਹੁੰਦਾ ਆ। ਔਰ ਉਹ ਪਰਮੇਸ਼ੁਰ ਸਿਰਫ ਇੰਨਾ ਹੀ ਕਹਿੰਦਾ ਆ, ਇਹ ਮੇਰਾ ਸਿਹਾਸਨ ਆ। ਝੁਕਣ ਤੋਂ ਪਹਿਲਾਂ ਸੋਚੋ, ਇਹ ਸਿਰ ਉਹਦਾ ਆ, ਇਹ ਸਿਰ ਤੁਹਾਡਾ ਆਪਣਾ ਨਹੀਂ, ਇਹ ਸਿਰ ਪਰਮੇਸ਼ੁਰ ਦਾ ਆ, ਇਹ ਝੁਕਣਾ ਨਹੀਂ ਚਾਹੀਦਾ ਕਿਤੇ। ਦਾਨੀਅਲ ਨੇ ਇਹੀ ਸਾਬਤ ਕੀਤਾ ਉਸ ਜਗ੍ਹਾ ਦੇ ਉੱਪਰ। ਉਹ ਕਹਿੰਦਾ ਵੇਖੀ ਜਾਊਗੀ, ਲਾਉਣ ਦੋ ਸ਼ੇਰ ਵੀ,
ਸੁੱਟੋ ਮੈਨੂੰ ਵੀ ਸ਼ੇਰਾਂ ਦੇ ਪਿੰਜਰੇ। ਔਰ ਸ਼ੇਰਾਂ ਨੂੰ ਚਾਰ ਚਾਰ ਦਿਨ ਪਹਿਲਾਂ ਭੁੱਖੇ ਰੱਖਿਆ ਜਾਂਦਾ ਸੀ। ਇਹਦੇ ਬੰਦੇ ਨੂੰ ਰੋਟੀ ਨਾ ਦਿਓ, ਸ਼ਾਮਾਂ ਤੱਕ ਉਹ ਬੰਦਾ ਖਾਣ ਨੂੰ ਤਿਆਰ ਹੋਇਆ ਹੁੰਦਾ ਤੇ ਸ਼ੇਰ ਤੇ ਫਿਰ ਚਾਰ ਦਿਨ ਭੁੱਖੇ ਸੀ। ਔਰ ਬਾਈਬਲ ਪੜ੍ਹੋਗੇ ਲਿਖਿਆ ਜਿਹਨਾਂ ਨੇ ਉੱਥੇ ਇਲਜ਼ਾਮ ਲਾਏ ਸੀ ਨਾ ਦੋਸ਼, ਜਦੋਂ ਉਹਨਾਂ ਨੂੰ ਸੁੱਟਿਆ ਨਾ, ਉਹਨਾਂ ਦੀ ਹੱਡੀ ਤੱਕ ਵੀ ਨੀ ਥੱਲੇ ਡਿੱਗਣ ਦਿੱਤੀ ਉਹਨਾਂ ਨੇ, ਉੱਤੇ ਉੱਤੇ ਚੱਪ ਕੇ ਉਹਨਾਂ ਨੂੰ। ਹਾਲੇਲੂਇਆ। ਰਾਜਾ ਜਿਹੜਾ ਫੁਰਤੀ ਨਾਲ ਉੱਠਿਆ ਔਰ ਜਾ ਕੇ ਕੀ ਕਹਿੰਦਾ ਹੈਗਾ, ਜਬ ਰਾਜਾ ਗੱਡੇ ਕੇ ਨਿਕਟ ਆਇਆ ਤੋ ਸ਼ੋਕ ਭਰੀ ਵਾਣੀ ਸੇ ਚਲਾਣੇ ਲੱਗਾ। ਬੜੀ ਦੁੱਖ ਭਰੀ ਆਵਾਜ਼ ਚ ਰਾਜੇ ਨੇ ਵਾਜਰੀ, ਪਤਾ ਨੀ ਦਾਨੀਲ ਹੋਣਾ ਕਿ ਨਹੀਂ ਹੋਣਾ ਥੱਲੇ। ਰਾਜੇ ਨੂੰ ਪਤਾ ਨੀ ਮਰ ਮੁਰ ਗਿਆ ਹੋਣਾ ਥੱਲੇ, ਖਾ ਕੇ ਹੋਣੇ ਸ਼ੇਰ ਹੋਣੇ ਕਿੱਥੋਂ। ਰਾਜਾ ਸੋਚਦਾ ਨਾ, ਉਹਦੇ ਦੋ ਮਿੰਟਾਂ ਦਾ ਕੰਮ ਸੀ, ਹੁਣ ਤੇ ਸਾਰੀ ਰਾਤ ਬੀਤ ਗਈ ਤੇ ਦਾਨੀਆਂ ਨੇ ਕਿੱਥੋਂ ਆਵਾਜ਼ ਦਊ ਥੱਲੇ। ਇੱਕ ਵਾਰੀ ਮਨ ਚ ਆਇਆ ਹੋਊਗਾ ਪਰ ਕੀ ਹੋਇਆ ਸੁਣੋ, ਕਿਹਦਾ ਚਲਾਣੇ ਲੱਗਾ। ਔਰ ਦਾਨੀਅਲ ਸੇ ਕਹਾ, ਹੇ ਦਾਨੀਅਲ ਯਾਦ ਰੱਖੋ, ਇਹ ਕੰਨਿਆ ਜਾਤੀ ਬੰਦਾ ਜਾਣਦਾ ਆ, ਪਰ ਸ਼ਾਇਦ ਆਪਾਂ ਨੀ ਜਾਣਦੇ। ਕੀ ਕਹਿੰਦਾ, ਹੇ ਦਾਨੀਅਲ, ਹੇ ਜੀਵਤੇ ਪਰਮੇਸ਼ੁਰ ਕੇ ਦਾਸ। ਹਾਲੇਲੂਇਆ, ਸਭ ਬੋਲੋ, ਮੈਂ ਜਿਉਂਦੇ ਪਰਮੇਸ਼ੁਰ ਦਾ ਦਾਸ ਆ, ਮੈਂ ਜਿਉਂਦੇ ਪਰਮੇਸ਼ੁਰ ਦਾ ਦਾਸ ਆ। ਤੁਹਾਡਾ ਬਚਾਅ ਵੀ ਤਾਂ ਜਾਂ ਜਿਉਂਦੇ ਦਾਸ ਬਣਦੇ ਆ, ਜੀਵਤ ਪਰਮੇਸ਼ੁਰ ਦੇ। ਮੁਰਦਿਆਂ ਦੇ ਨੀ, ਮੁਰਦਿਆਂ ਦੇ ਦਾਸ ਨਾ ਬਣੋ। ਇਨਸਾਨ ਜੰਮਦਾ ਤੇ ਮਰ ਜਾਂਦਾ ਆ, ਉਹ ਪਰਮੇਸ਼ੁਰ ਦੇ ਪਿੱਛੇ ਚਲੋ ਜਿਹੜਾ ਸਦਾ ਹੀ ਜੀਵਤ ਹੈਗਾ ਆ, ਉਹ ਕਦੀ ਮਰਦਾ ਨੀ, ਕਿਉਂਕਿ ਉਹ ਸ਼ਬਦ ਆ ਔਰ ਸ਼ਬਦ ਕਦੀ ਨੀ ਮਰਦਾ ਹੈਗਾ। ਇੱਥੇ ਸਾਫ਼ ਲਿਖਦਾ ਕਹਿੰਦਾ ਹੈ, ਦਾਨੀਅਲ, ਇਹ ਜੀਵਤੇ ਪਰਮੇਸ਼ੁਰ ਕੇ ਦਾਸ, ਕਿਆ ਤੇਰਾ ਪਰਮੇਸ਼ੁਰ ਜਿਸਕੀ ਤੂੰ ਨਿਤ ਉਪਾਸਨਾ ਕਰਤਾ ਹੈ ਤੁਝੇ ਸਿਹੋਂ ਸੇ ਬਚਾ ਸਕਾ ਹੈ। ਉਹ ਕਹਿੰਦਾ, ਉਹ ਦਾਨੀਅਲ ਜਿਹਦੀ ਤੂੰ ਰੋਜ਼ ਉਪਾਸਨਾ ਕਰਦਾ, ਰੋਜ਼ ਬੰਦਗੀ ਕਰਦਾ, ਉਹ ਤੁਸੀਂ ਹਰ ਐਤਵਾਰ ਚਰਚ ਜਾਂਦੇ ਹੈਗੇ ਆ, ਤੁਸੀਂ ਹਰ ਰੋਜ਼ ਪ੍ਰਾਰਥਨਾ ਕਰਦੇ, ਬੰਦਗੀਆਂ 'ਚ ਜਾਂਦੇ ਆ, ਲੋਕਾਂ ਦੇ ਘਰਾਂ 'ਚ ਬੰਦਗੀਆਂ ਕਰਦੇ ਆ, ਰੋਜ਼ ਬਾਈਬਲ ਪੜ੍ਹਦੇ, ਪ੍ਰਾਰਥਨਾ ਕਰਦੇ ਆ, ਕਿ ਤੁਹਾਡਾ ਪਰਮੇਸ਼ੁਰ ਤੁਹਾਨੂੰ ਬਚਾ ਸਕਦਾ ਹੈ। ਤੁਸੀਂ ਕੀ ਕਹਿਣਾ, ਵੇਖੋ ਕੀ ਕਹਿੰਦਾ ਹੈਗਾ। ਤਬ ਦਾਨੀਅਲ ਨੇ ਰਾਜਾ ਸੇ ਕਹਾ, ਹੇ ਰਾਜਾ, ਤੂੰ ਜੁਗ ਜੁਗ ਜੀਵਤ ਰਹੇ, ਮੇਰੇ ਪਰਮੇਸ਼ੁਰ ਨੇ ਆਪਣਾ ਦੂਤ ਭੇਜ ਕਰ ਸਿਹੋਂ ਕੇ ਮੂੰਹ ਕੋ ਐਸਾ ਬੰਦ ਰੱਖਾ ਕਿ ਉਹਨਾਂ ਨੇ ਮੇਰੀ ਕੁਛ ਵੀ ਹਾਨੀ ਨਹੀਂ ਕੀ। ਇਸਕਾ ਕਾਰਨ ਯੇ ਹੈ ਕਿ ਮੈਂ ਉਸਕੇ ਸਾਹਮਣੇ ਨਿਰਦੋਸ਼ ਪਾਇਆ ਗਿਆ, ਮੈਂ ਉਸਕੇ ਸਾਹਮਣੇ ਨਿਰਦੋਸ਼ ਪਾਇਆ ਗਿਆ। ਔਰ ਹੇ ਰਾਜਾ, ਤੇਰੇ ਸਮੁਖ ਵੀ ਮੈਨੇ ਕੋਈ ਭੂਲ ਨਹੀਂ ਕੀ। ਇਹ ਦੋ ਸ਼ਬਦ ਯਾਦ ਰੱਖਿਓ। ਕਹਿੰਦਾ, ਰਾਜਾ, ਮੈਂ ਪਰਮੇਸ਼ੁਰ ਦੇ ਸਾਹਮਣੇ ਨਿਰਦੋਸ਼ ਆ, ਮੈਂ ਉਹਦੇ ਸੱਚਾ ਗਿਣਿਆ ਗਿਆ, ਤਾਂਹੀਓ ਪ੍ਰਭੂ ਨੇ ਬਚਾ ਲਿਆ। ਨਹੀਂ ਤਾਂ ਯਾਦ ਰੱਖੋ, ਪਰਮੇਸ਼ੁਰ ਜਿਹੜਾ ਨਹੀਂ ਨਾ ਮੰਨਦਾ ਉਹਨਾਂ ਨੂੰ ਸਜ਼ਾ ਵੀ ਦਿੰਦਾ ਉਸੇ ਸਮੇਂ। ਪਰ ਜਿਹੜੇ ਪਾਵਰਫੁੱਲ ਆ ਪਰਮੇਸ਼ੁਰ ਦੇ ਚ, ਇਹਦੀ ਪ੍ਰੇਅਰ ਵੇਖੋ ਕਿੱਦਾਂ ਦੀ, ਕਿ ਪ੍ਰਾਰਥਨਾ ਕੀਤੀ, ਪਰਮੇਸ਼ੁਰ ਮੈਂ ਤੇਰਾ ਦਾਸ ਆ ਔਰ ਮੈਂ ਤੇਰੇ ਸਨਮੁਖ ਕਿੱਦਾਂ ਚੱਲਦਾ ਹੈਗਾ। ਪਰਮੇਸ਼ੁਰ ਨੇ ਜਵਾਬ ਦਿੱਤਾ ਉਹਦੀ ਪ੍ਰਾਰਥਨਾ, ਔਰ ਦਾਨੀਅਲ ਨੂੰ ਕੁਛ ਨਹੀਂ ਹੋਇਆ। ਕਹਿੰਦਾ, ਰਾਜਾ, ਮੈਂ ਪਰਮੇਸ਼ੁਰ ਦੇ ਸਾਹਮਣੇ ਨਿਰਦੋਸ਼ ਪਾਇਆ ਗਿਆ ਔਰ ਮੈਂ ਤੇਰੇ ਸਾਹਮਣੇ ਵੀ ਕੋਈ ਭੁੱਲ ਨਹੀਂ ਕੀਤੀ। ਜੇ ਤੂੰ ਕਹਿੰਦਾ ਨਾ ਮੱਥਾ ਟੇਕ, ਤੇ ਮੇਰੇ ਕੋਈ ਗਲਤੀ ਨਹੀਂ, ਕਿਉਂਕਿ ਮੈਂ ਸੱਚਾ ਸੀ, ਮੈਂ ਪਰਮੇਸ਼ੁਰ ਨੂੰ ਮੱਥਾ ਟੇਕਦਾ ਹਾਂ। ਪਰਮੇਸ਼ੁਰ ਦਾ ਪਹਿਲਾ ਹੀ ਹੁਕਮ ਕਿਹੜਾ ਹੈਗਾ, ਮੇਰੇ ਸਨਮੁਖ ਤੇਰੇ ਲਈ ਦਾਨੀਅਲ ਦੇ ਨੂੰ ਪੂਰਾ ਕਰਦਾ ਹੈਗਾ ਇਸ ਜਗ੍ਹਾ ਦੇ ਉੱਪਰ। ਹਾਲੇਲੂਇਆ। ਮੈਨੂੰ ਔਰ ਤੁਹਾਨੂੰ ਵੀ ਕਰਨਾ ਚਾਹੀਦਾ ਸੀ, ਬਹਾਨੇ ਨਾ ਬਣਾਈਏ, ਉੱਥੇ ਚਲ ਗਏ, ਇੱਥੇ ਚਲ ਗਏ, ਸਾਨੂੰ ਟੇਕਣਾ ਪਿਆ ਮੱਥਾ, ਲੋਕੀ ਵੇਖਣ ਡੇ ਸੀ, ਲੋਕੀ ਦੇ ਵੇਖਣ ਡੇ ਆ। ਪਰ ਯਾਦ ਰੱਖੋ, ਬਾਈਬਲ ਚ ਲਿਖਿਆ ਕਹੋ ਤਾਂ 15:3 ਚ ਕਿ ਪਰਮੇਸ਼ੁਰ ਦੀਆਂ ਅੱਖਾਂ ਜਿਹੜੀਆਂ ਉਹ ਸਾਰੀ ਧਰਤੀ ਤੇ ਲੱਗੀਆਂ, ਉਹ ਬੁਰੇ ਔਰ ਭਲੇ ਦੋਵਾਂ ਨੂੰ ਤੱਕਦੀਆਂ ਰਹਿੰਦੀਆਂ, ਚਾਰੇ ਪਾਸੇ ਲੱਗੀਆਂ ਉਹਦੀਆਂ ਅੱਖਾਂ। ਉਹਦੇ ਤੋਂ ਡਰਨ ਦੀ ਜ਼ਰੂਰਤ ਆ, ਬਾਈਬਲ ਚ ਲਿਖਿਆ ਤੁਸੀਂ ਉਹਨਾਂ ਤੋਂ ਨਾ ਡਰੋ ਜਿਹੜੇ ਤੁਹਾਡੇ ਸਰੀਰ ਨੂੰ ਨਸ਼ਟ ਕਰਦੇ ਆ, ਤੁਸੀਂ ਉਹਦੇ ਤੋਂ ਡਰੋ ਜਿਹੜਾ ਤੁਹਾਡੇ ਸਰੀਰ ਔਰ ਆਤਮਾ ਦੋਵਾਂ ਨੂੰ ਨਸ਼ਟ ਕਰ ਸਕਦਾ, ਉਹਦੇ ਤੋਂ ਡਰੋ। ਅੱਗੇ ਅਸੀਂ ਹੋਰ ਇੱਕ ਚੀਜ਼ ਨੂੰ ਵੇਖਾਂਗੇ, ਆਤਮਾ ਨੂੰ ਜਿੱਤਣਾ ਆ ਤੇ ਪੌਲਸ ਦੀ ਤਰ੍ਹਾਂ, ਆਤਮਾ ਨੂੰ ਜਿੱਤਣਾ ਹੈ ਤੇ ਪੌਲਸ ਦੀ ਤਰ੍ਹਾਂ। ਰਸੂਲਾਂ ਦੇ ਕਰਤੱਬ ਉਹਦਾ 13 ਅਧਿਆਏ ਉਹਦੇ 4 ਵਚਨ ਨੂੰ ਪੜਾਂਗੇ ਅਸੀਂ। ਅਤ ਵੋ ਪਵਿੱਤਰ ਆਤਮਾ ਸੇ ਭੇਜੇ ਹੋਏ ਸਲੂਕੀਆ ਕੋ ਗਏ ਔਰ ਵਹਾਂ ਸੇ ਜਹਾਜ਼ ਪਰ ਚੜ੍ਹ ਕਰ ਸਾਈਪ੍ਰਸ ਕੋ ਚਲੇ ਗਏ।
और सलमीस में पहुंचकर परमेश्वर का वचन यहूदियों के आराधना में सुनाया और यूहन्ना उनका सेवक था। याद रखो आत्मा नु जितन वास्ते पौलुस की करता है, वो एक जगह टिकता नहीं है, एक जगह नहीं बैठता, कहते इतने ही बैठा रहा मैं, वो अलग अलग जगह से जाके चेलिया नु खड़े करता है, अलग अलग जगह से जाके परमेश्वर का वचन जिहड़ा सुनाउंदा है। और असी जिहड़ा पौलुस नु एक रसूल मतलब प्रेरित कहने है जां अपोस्टल कहने है, की कहने है अपोस्टल, और हिंदी च असी प्रेरित कहने है। प्रेरित दा जिहड़ा काम हुंदा आ ਉਹ ਆਤਮਾ ਨੂੰ ਜਿੱਤਣ ਦਾ ਕੰਮ ਇਸ ਤਰ੍ਹਾਂ ਦਾ ਹੈਗਾ ਆ ਕਿ ਪ੍ਰੇਰਿਤ ਇੱਕ ਜਗ੍ਹਾ ਚਰਚ ਲਾ ਕੇ ਨਹੀਂ ਬਹਿ ਸਕਦਾ, ਪ੍ਰੇਰਿਤ ਦਾ ਕੰਮ ਹੈਗਾ ਆ ਕਿ ਅੱਜ ਇੱਕ ਚਰਚ ਇੱਥੇ ਲਗਾ ਦਿੱਤਾ ਔਰ ਦੂਸਰਾ ਚਰਚ ਫਿਰ ਦੂਸਰੇ ਪਿੰਡ 'ਚ, ਉਹ ਪੂਰੇ ਨਗਰਾਂ 'ਚ ਘੁੰਮ ਘੁੰਮ ਕੇ ਸਿਰਫ ਚੇਲੇ ਖੜੇ ਕਰਨ ਦਾ ਕੰਮ ਕਰਦਾ ਹੈਗਾ। ਪਰ ਅੱਜ ਤੁਸੀਂ ਜਦੋਂ ਪ੍ਰੇਰਿਤਾਂ ਨੂੰ ਵੇਖੋਗੇ ਤਾਂ ਇੱਕ ਜਗ੍ਹਾ ਚਰਚ ਲਾ ਕੇ ਬਹਿੰਦੇ ਹੈਗੇ, ਦਾ ਮਤਲਬ ਉਹ ਪਰਮੇਸ਼ੁਰ ਦੀ ਨਜ਼ਰ ਦੇ ਵਿੱਚ ਆਤਮਾ ਨੂੰ ਜਿੱਤਣ ਵਾਲੇ ਕਦੀ ਵੀ ਨਹੀਂ ਹੋ ਸਕਦੇ, ਕਿਉਂਕਿ ਆਤਮਾ ਨੂੰ ਜਿੱਤਣ ਵਾਲਾ ਜਿਹੜਾ ਹੈਗਾ ਆ ਉਹ ਇੱਕੇ ਜਗ੍ਹਾ ਨਹੀਂ ਖੜਾ ਰਹੂਗਾ। ਉਹ ਕੰਮ ਬਾਈਬਲ 'ਚ ਪੰਜ ਤਰ੍ਹਾਂ ਦੀ ਸੇਵਕਾਈ ਆ, ਤੁਸੀਂ ਇਫਸੀਆਂ 4 ਦੇ ਅਧਿਆਇ 11-12 ਵਚਨ ਨੂੰ ਪੜ੍ਹੋਗੇ ਤੁਹਾਨੂੰ ਸਮਝ ਆਊਗੀ, ਪੰਜ ਤਰ੍ਹਾਂ ਦੀ ਸੇਵਕਾਈ ਹੈਗੀ ਆ ਜਿਹੜੀ ਪਰਮੇਸ਼ੁਰ ਨੇ ਕਰਨ ਵਾਸਤੇ ਕਿਹਾ ਹੈਗਾ। ਪਰ ਮੈਂ ਚਾਹੁੰਦਾ ਤੁਸੀਂ ਅਗਲੇ ਪਿਆਣਕਿਓ ਚੋਂ ਲੱਭ ਕੇ ਲਿਆਇਓ ਇਸ ਪਿੰਡ ਜਿਹੜੀ ਸੇਵਕਾਈ ਉਹਨੂੰ ਅਸੀਂ ਕੀ ਕਹਿ ਸਕਦੇ ਹਾਂਗੇ। ਹਾਲੇਲੂਇਆ। ਪਾਸਟਰ ਦੀ ਸੇਵਕਾਈ ਅਲੱਗ ਆ, ਉਪਦੇਸ਼ਕ ਦੀ ਅਲੱਗ ਹੈਗੀ ਆ, ਸੁਸਮਾਚਾਰਕਾਂ ਦੀ ਅਲੱਗ ਹੈਗੀ, ਭੂਸ਼ਵਕਤਾ ਦੀ ਅਲੱਗ ਹੈਗੀ ਆ, ਪ੍ਰੇਰਤਾਂ ਦੀ ਅਲੱਗ ਹੈਗੀ ਆ। ਇਹ ਪੰਜ ਤਰ੍ਹਾਂ ਦੀ ਸੇਵਕਾਈ ਆ ਪਰਮੇਸ਼ੁਰ ਨੇ ਦਿੱਤੀ ਹੋਈ। ਔਰ ਪੌਲਸ ਜਿਹੜਾ ਹੈਗਾ ਆ ਇਹ ਪ੍ਰੇਰਿਤ ਹੈਗਾ, ਪਰਮੇਸ਼ੁਰ ਦਾ ਇੱਕ ਚੁਣਿਆ ਹੋਇਆ ਪ੍ਰੇਰਿਤ, ਔਰ ਪੌਲਸ ਆਤਮਾ ਨੂੰ ਜਿੱਤਣ ਦੇ ਵਾਸਤੇ ਜਿਹੜਾ ਆ ਉਹ ਅਲੱਗ ਅਲੱਗ ਜਗ੍ਹਾ ਤੇ ਚਰਚ ਖੜੇ ਕਰਦਾ ਹੈਗਾ, ਅਲੱਗ ਅਲੱਗ ਜਗ੍ਹਾ ਤੇ ਕਲੀਸੀਆ ਖੜੀ ਕਰਕੇ ਆਪ ਉਹ ਤੋਂ ਦੂਜੇ ਦੇਸ਼ ਵਿੱਚ ਚਲਿਆ ਜਾਂਦਾ ਹੈਗਾ। ਆ ਸਾਡੇ ਕਈ ਕਹਿੰਦੇ ਨਾ ਉਹ ਮੇਰਾ ਸਾਈਪ੍ਰਸ ਦਾ ਵਜ੍ਹਾ ਨਹੀਂ ਲੱਗਦਾ, ਇੱਥੇ ਕੋਈ ਪੌਲਸ ਉਦਾਂ ਤੁਰਿਆ ਫਿਰਦਾ ਆ। ਪ੍ਰਭੂ ਦਾ ਕੰਮ ਕਰੋ, ਸਾਈਪ੍ਰਸ ਛੱਡੋ, ਤੁਹਾਨੂੰ ਆਸਟ੍ਰੇਲੀਆ, ਕੈਨੇਡਾ, ਅਮੈਰੀਕਾ ਪਰਮੇਸ਼ਰ ਸਭ ਜਗ੍ਹਾ ਲੈ ਕੇ ਜਾਊਗਾ। ਹਾਲੇਲੂਇਆ। ਬੋਲੋ ਮੈਂ ਮਿਸ਼ਨਰੀ ਬਣੂਗਾ, ਮਿਸ਼ਨਰੀ ਬਣੂਗਾ ਮੈਂ। ਆਵਾਜ਼ ਹੀ ਨਹੀਂ ਆਈ। ਹੁਣ ਇਹ ਕਹਿੰਦਾ ਮੈਂ ਡਾਕਟਰ ਬਣੂਗਾ, ਵੇਖ ਕਿੱਦਾਂ ਉਛਲੋ ਉਛਲ ਪੈਣਾ, ਮੈਨੂੰ ਬਣਾ ਦਿਓ ਅੱਜ ਹੀ ਭਾਵੇਂ ਬਣਾ ਦਿਓ। ਹਾਲੇਲੂਇਆ। ਤੁਹਾਡੇ ਚੋਂ ਕੋਈ ਹੈਗਾ ਜਿਹੜਾ ਆਪਣੀ ਇਸ ਜਗ੍ਹਾ ਨੂੰ ਛੱਡ ਕੇ ਮਿਸ਼ਨਰੀ ਬਣੇ ਔਰ ਉਹਨੂੰ ਭੇਜਿਆ ਜਾਵੇ, ਜਾਓ ਯੂਪੀ, ਬਿਹਾਰ, ਕਿਤੇ ਜਾ ਕੇ ਸੇਵਾ ਕਰੋ। ਕੋਈ ਭੈਣ ਵੀ, ਵੈਰੀ ਗੁੱਡ, ਉਸ ਭੈਣ ਵਾਸਤੇ ਤਾੜੀ ਵਜਾਈ ਜਾਵੇ। ਹਾਲੇਲੂਇਆ। ਤੁਹਾਡੇ ਚੋਂ ਵੈਰੀ ਗੁੱਡ, ਇੱਕ ਹੋਰ ਹੈ ਕਿਹਦੇ ਲਈ ਤਾੜੀ ਮਾਰੋ, ਰਿਮਕਾਲੀ ਵੀ, ਔਰ ਸੁਨੇਹਾ ਵੀ ਕਹਿੰਦੀ ਕਿ ਮੈਂ ਵੀ ਤਿਆਰ ਹਾਂ, ਮੈਂ ਜਾ ਸਕਦੀ ਕਿਤੇ ਵੀ, ਪਰ ਯਸੂ ਵੀ ਜਾਣ ਲਈ ਤਿਆਰ ਆ। ਵੈਰੀ ਗੁੱਡ, ਕੋਈ ਨੀ, ਐਤਕਾਂ ਤੇ ਤੁਹਾਨੂੰ ਕਰਦਾ ਸਟੱਡੀ ਤੇ, ਪਰ ਤੁਸੀਂ ਜਾਓ ਪਹਿਲਾਂ ਸਟੱਡੀ ਕਰੋ, ਉਹ ਤੋਂ ਬਾਅਦ 'ਚ ਮੈਂ ਸੱਚ ਕਹਿੰਦਾ ਸੇਵਕਾਈ ਇੱਥੇ ਰਹਿਣ ਦੀ ਨਹੀਂ ਹੈਗੀ, ਇੱਥੇ ਬਹਿਣ ਦੀ ਸੇਵਕਾਈ ਨਹੀਂ ਆ, ਸੇਵਕਾਈ ਹੈਗੀ ਆ ਜਗ੍ਹਾ ਜਗ੍ਹਾ ਜਾ ਕੇ ਲੋਕਾਂ ਨੂੰ ਪ੍ਰਭੂ ਦਾ ਵਚਨ ਦੱਸੋ, ਵਚਨ ਦੱਸੋ। ਇੱਕ ਚਰਚ ਦੇ ਵਿੱਚ 100 ਲੋਕ ਬਹੁਤ ਹੁੰਦੇ ਆ, 100 ਲੋਕ ਜ਼ਿਆਦਾ ਹੋ ਜਾਣਗੇ ਤੁਹਾਨੂੰ ਸਮਝ ਨਹੀਂ ਆਊਗੀ ਕਿਸੇ ਦੀ ਕੌਣ ਆਇਆ ਕੌਣ ਨਹੀਂ ਆਇਆ। ਪ੍ਰਭੂ ਯਸ਼ੂ ਮਸੀਹ ਨੇ ਤਾਹਨੂੰ ਕਿਹਾ ਸੀ ਕਿਸੇ ਦੇ ਕੋਲ 100 ਭੇਡਾਂ ਆ, ਇੱਕ ਗਵਾਚਗੀ, 99 ਬਾਕੀ ਆ, ਪਰ ਉਹਨੂੰ ਚੇਤਾ ਆ ਇੱਕ ਗਵਾਚਗੀ ਆ, ਜਿਹਦੇ ਕੋਲ 10,000 ਉਹਦੀਆਂ ਭਾਵੇਂ 100 ਗਵਾਚ ਨੂੰ ਤਾਂ ਵੀ ਪਤਾ ਨਹੀਂ ਲੱਗੂਗਾ। ਹਾਲੇਲੂਇਆ, ਹਾਲੇਲੂਇਆ। ਆਤਮਿਕ ਚਰਚ ਲੱਭੋ, ਆਤਮਿਕ ਚਰਚ ਆਪਣੇ ਨਾਲ ਦੇ ਦੱਸੋ। ਹਾਲੇਲੂਇਆ। ਉਹ ਲੱਭਣ ਨਾ ਚੱਲ ਜਾਓ ਕਿਹੜੇ। ਹਾਲੇਲੂਇਆ। ਪਾਸਟਰ ਜੀ ਕੀ ਐਤਵਾਰ ਨੂੰ ਕੋਈ ਨਹੀਂ, ਹੋਰ ਕਿਤੇ ਚੱਕਰ ਮਾਰ ਕੇ ਉਹਨੇ ਕਿੱਥੇ। ਹਾਲੇਲੂਇਆ। ਆਤਮਾ ਨੂੰ ਜਿੱਤਣਾ ਤੇ ਪੌਲਸ ਦੇ ਵਾਂਗੂ, ਮੈਂ ਸੱਚ ਕਹਿੰਦਾ ਜੇ ਤੁਸੀਂ ਪਰਮੇਸ਼ੁਰ ਦਾ ਕੰਮ ਪੌਲਸ ਵਾਂਗੂ ਕਰਦੇ ਨਾ ਤੁਸੀਂ ਕਦੀ ਗਰੀਬ ਨਹੀਂ ਰਹੋਗੇ। ਪੜ੍ਹ ਕੇ ਕਹੋ ਪਰਮੇਸ਼ੁਰ ਨੇ ਕਿੱਦਾਂ ਮਦਦ ਕੀਤੀ ਪੌਲਸ ਦੀ। ਲੋਕ ਖੋਦ ਆਉਂਦੇ ਸੀ ਉਹਦੇ ਕੋਲ ਚੀਜ਼ਾਂ ਲੈ ਕੇ, ਆਹ ਲਓ ਜੀ ਤੁਸੀਂ ਜਿੰਨਾ ਚਾਹੀਦਾ ਹੈਗਾ। ਹਾਲੇਲੂਇਆ, ਹਾਲੇਲੂਇਆ। ਯਾਦ ਰੱਖੋ ਤਾਂ ਅੱਜ ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਹੈਗਾ ਆ, ਇੱਕ ਸੱਚੀ ਸੇਵਕਾਈ ਨੂੰ ਜੇ ਤੁਸੀਂ ਵੇਖਣਾ ਚਾਹੋਗੇ, ਇਹ ਬਹੁਤ ਵੱਡੀਆਂ ਗੱਲਾਂ ਆ। ਅੱਜ ਤੁਸੀਂ ਵੇਖੋਗੇ ਜ਼ਿਆਦਾਤਰ ਜਿਹੜੇ ਚਰਚ ਬਣਦੇ ਆ ਉਹਨਾਂ ਦੀ ਪ੍ਰੋਪਰਟੀ ਜਿਹੜੀ ਹੁੰਦੀ ਆ ਉਸ ਪਾਸਟਰ ਦੇ ਨਾਮ ਹੁੰਦੀ, ਚਾਹੇ ਵੱਡੇ ਤੋਂ ਵੱਡਾ ਚਰਚ ਆ, ਉਹਦੀ ਜ਼ਮੀਨ ਦੇ ਪੇਪਰ ਚੈੱਕ ਕਰੋ ਕਿਹਦੇ ਨਾਂ 'ਤੇ, ਉਹ ਚਰਚ ਦਾ ਸਮਾਨ ਜਿਹੜਾ ਆ ਉਹ ਕਿਹਦਾ ਹੈਗਾ, ਉਹ
ਉਹ ਆਤਮਾ ਨੂੰ ਜਿੱਤਣ ਵਾਲੇ ਨਹੀਂ। ਮੈਂ ਵਿੱਚ ਲਿਖਿਆ ਨਾ, ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਦੇ ਸਭ ਲਾਲਚੀ ਬਣ ਗਿਆ। ਹਾਲੇਲੂਇਆ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹਾਂ। ਹਾਲੇਲੂਇਆ। ਮੇਰੇ ਕੋਲ ਬਸ ਖਾਣਾ ਪੀਣਾ ਮਿਲ ਜੇ ਇੰਨਾ ਹੀ ਕਾਫੀ ਹੈਗਾ, ਔਰ ਤੁਹਾਡਾ ਸਭ ਦਾ ਸਾਥ ਜੋ ਪ੍ਰੇਮ ਆ ਪਰਮੇਸ਼ਵਰ ਇੰਨਾ ਹੀ ਰੱਖੇ, ਮੈਂ ਇੰਨੇ 'ਚ ਬਹੁਤ ਜ਼ਿਆਦਾ ਖੁਸ਼ ਹੈਗਾ। ਔਰ ਇਹ ਕਾਫੀ ਅਸੀਂ ਪੜ੍ਹ ਸਕਦੇ, ਪਰ ਮੈਂ ਚਾਹੁੰਦਾ ਕਿ ਅਸੀਂ ਇਹਨੂੰ ਖਤਮ ਕਰੀਏ। ਔਰ ਅੱਗੇ ਜੇ ਜੀਣਾ ਆ ਤੇ ਯਸ਼ੂ ਮਸੀਹ ਦੇ ਵਾਂਗੂ ਜੀਓ। ਲਾਸਟ ਗੱਲ ਮੈਂ ਕਰਕੇ ਤੁਹਾਡੇ ਨਾਲ ਨਵੀਂ ਗੱਲ ਨੂੰ ਇਹਨੂੰ ਖਤਮ ਕਰੂੰਗਾ। ਸਭ ਨੂੰ ਬੋਲੋ, ਜੇ ਜੀਣਾ ਆ ਤੇ ਯਸ਼ੂ ਮਸੀਹ ਦੇ ਵਾਂਗੂ ਜੀਓ। ਅਸੀਂ ਪੜ੍ਹਾਂਗੇ ਫਿਲਪੀਆਂ ਦੀ ਕਿਤਾਬ ਉਹਦਾ 2 ਅਧਿਆਏ ਉਹਦੇ 8 ਵਚਨ ਨੂੰ। ਯਸ਼ੂ ਮਸੀਹ ਦੇ ਜੀਣ ਦਾ ਤਰੀਕਾ ਜਿਹਦੇ ਕੋਲ ਆ ਗਿਆ, ਯਾਦ ਰੱਖੋ ਕਦੀ ਵੀ ਧੋਖਾ ਨਹੀਂ ਖਾ ਸਕਦਾ। ਉਹ ਕਦੀ ਵੀ ਗਰੀਬ ਨਹੀਂ ਰਹੂਗਾ, ਕਦੀ ਵੀ ਪਰੇਸ਼ਾਨੀ 'ਚ ਨਹੀਂ ਰਹੂਗਾ। ਬਸ ਜੀਣਾ ਸਿੱਖ ਲਓ। ਜਿਹਨੂੰ ਜੀਣਾ ਆ ਗਿਆ ਨਾ ਯਸ਼ੂ ਮਸੀਹ ਦੇ ਵਾਂਗੂ, ਉਹ ਕਦੀ ਹਾਰਦਾ ਨਹੀਂ ਫਿਰ। ਔਰ ਮਨੁੱਖ ਦੇ ਰੂਪ ਵਿੱਚ ਪ੍ਰਗਟ ਹੋ ਕਰ ਆਪਣੇ ਆਪ ਕੋ ਦੀਨ ਕਰ ਦਿਆ, ਜਹਾਂ ਤੱਕ ਆਗਿਆ ਕਰੀ ਰਹਾ ਕਿ ਮ੍ਰਿਤਯੂ, ਹਾਂ ਕਰੂਸ ਕੀ ਮ੍ਰਿਤਯੂ ਵੀ ਸਹਿ ਲਈ। ਇਹ ਆ ਪ੍ਰਭੂ ਯਸ਼ੂ ਮਸੀਹ ਦੇ ਜੀਣ ਦਾ ਤਰੀਕਾ। ਔਰ ਜਿਹਦੇ ਕੋਲ ਇਹ ਤਰੀਕਾ ਆ ਗਿਆ ਆਪਣੇ ਆਪ ਨੂੰ ਦੀਨ ਕਰਨ ਦਾ, ਮੌਤ ਦੀ ਮ੍ਰਿਤਯੂ, ਮੌਤ ਤੱਕ ਵੀ, ਕਰੂਸ ਤੱਕ ਵੀ ਵਫਾਦਾਰ ਰਿਹਾ। ਅੱਜ ਤੁਹਾਨੂੰ ਜਾਂਦੇ ਸਮੇਂ ਤੁਹਾਡੇ ਘਰ ਦੇ ਵਿੱਚ ਕੋਈ ਆ ਜੇ, ਤੁਹਾਨੂੰ ਮਾਰ ਦਾਂਗੇ ਜੀ, ਇਹਨਾਂ ਦੀ ਯਸ਼ੂ ਮਸੀਹ ਨੂੰ ਛੱਡ ਦਿਓ। ਮੈਂ ਸੱਚ ਕਹਿੰਦਾ, ਜਿਨ੍ਹਾਂ ਨੇ ਉਸ ਵੇਲੇ ਕਹਿੰਦਾ ਨਾ ਹਾਂਜੀ ਮੈਂ ਛੱਡ ਦਿੰਦਾ ਆ, ਉਹ ਯਸ਼ੂ ਮਸੀਹ ਦੇ ਜੀਣ ਦਾ ਤਰੀਕਾ ਨਹੀਂ ਹੈਗਾ। ਪਾਸਟਰ ਸੁਰਿੰਦਰ ਮਖੂ ਤੋਂ ਹੈਗੇ ਸੀ, ਮੈਨੂੰ